ਪਿਆਰੇ ਵਿਦਿਆਰਥੀਓ ਅੱਜ ਐਨਟੀਐਸਸੀ ਦਾ ਜਿਹੜਾ ਬੇਸਲਾਈਨ ਟੈਸਟ ਹੋਇਆ ਉਮੀਦ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਸ ਨੂੰ ਹੱਲ ਕੀਤਾ ਹੋਵੇਗਾ ਇਸ ਵੀਡੀਓ ਵਿੱਚ ਆਪਾਂ ਉਸ ਟੈਸਟ ਦੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਾਂਗੇ ਇਸ ਨਾਲ ਇੱਕ ਤਾਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਤੁਸੀਂ ਕਿੰਨੇ ਪ੍ਰਸ਼ਨ ਸਹੀ ਹੱਲ ਕੀਤੇ ਹਨ ਅਤੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਆਪਾਂ ਉਹਨਾਂ ਪ੍ਰਸ਼ਨਾਂ ਨੂੰ ਹੱਲ ਕਰਨਾ ਸੀ ਕੀ ਸਾਡੀ ਅਪਰੋਚ ਹੋਣੀ ਚਾਹੀਦੀ ਸੀ ਤਾਂ ਕਿ ਇਸ ਤੋਂ ਬਾਅਦ ਜਿਹੜੇ ਅਗਲੇ ਹੋਣ ਵਾਲੇ ਟੈਸਟ ਆ ਉਨ੍ਹਾਂ ਵਿੱਚ ਤੁਸੀਂ ਹੋਰ ਵੀ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕੋ। ਸੋ ਪਹਿਲਾ ਸਵਾਲ ਸੀ ਆਪਣੇ ਕੋਲ ਮੈਂਟਲ ਅਬਿਲਟੀ ਦਾ। ਇਨ ਦਾ ਫੋਲੋਇੰਗ ਸਲੈਕਟ ਦਾ ਰਿਲੇਟਡ ਵਰਡ ਫਰੋਮ ਦਾ 기ਵਨ ਆਪਸ਼ਨਸ। ਦਿੱਤੇ ਪ੍ਰਸ਼ਨ ਵਿੱਚ ਵਿਕਲਪਾਂ ਵਿੱਚੋਂ ਸਹੀ ਸ਼ਬਦ ਚੁਣੋ। ਤਾਂ ਇਸ ਵਿੱਚ ਦੇਖੋ ਆਪਾਂ ਦੇਖ ਸਕਦੇ ਹਾਂ ਕਿ ਸਟੂਡੈਂਟ ਦਾ ਆਪਾਂ ਦੇਖਦੇ ਹਾਂ ਟੀਚਰ ਨਾਲ ਜੋ ਸਬੰਧ ਹੈ ਉਸੇ ਤਰ੍ਹਾਂ ਦੇਖਣਾ ਹੈ ਕਿ ਇੱਕ ਪਲੇਅਰ ਦਾ ਕਿਹਦੇ ਨਾਲ ਸਬੰਧ ਹੋਊਗਾ? ਇਹ ਐਨਲੋਜੀ ਦਾ ਕੁਐਸਚਨ ਹੁੰਦਾ ਕਿ ਪਹਿਲੀਆਂ ਦੋ ਚੀਜ਼ਾਂ ਦਾ ਆਪਸ ਵਿੱਚ ਸਬੰਧ ਜੀ ਜੋ ਹੁੰਦਾ ਉਹੀ ਦੇਖਣਾ ਹੁੰਦਾ ਕਿ ਉਸੇ ਤਰ੍ਹਾਂ ਵੀ ਤੀਜੇ ਦਾ ਇਹਨਾਂ ਆਪਸ਼ਨ ਚੋਂ ਕਿਹਦੇ ਨਾਲ ਸਬੰਧ ਹੈ ਤਾਂ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਇੱਕ ਸਟੂਡੈਂਟ ਵਿਦਿਆਰਥੀ ਆ ਵਿਦਿਆਰਥੀ ਦਾ ਜੋ ਅਧਿਆਪਕ ਨਾਲ ਸਬੰਧ ਹੈ ਉਸੇ ਤਰ੍ਹਾਂ ਖਿਡਾਰੀ ਦਾ ਕਿਹਦੇ ਨਾਲ ਸਬੰਧ ਅਸੀਂ ਚੈੱਕ ਕਰਨਾ ਤਾਂ ਵਿਦਿਆਰਥੀ ਨੂੰ ਗਾਈਡ ਕਰਨ ਵਾਲਾ ਉਸ ਨੂੰ ਸਿਖਾਉਣ ਵਾਲਾ ਜਿਵੇਂ ਟੀਚਰ ਹੁੰਦਾ ਉਸੇ ਤਰ੍ਹਾਂ ਇੱਕ ਖਿਡਾਰੀ ਨੂੰ ਗਾਈਡ ਕਰਨ ਵਾਲਾ ਇੱਕ ਖਿਡਾਰੀ ਨੂੰ ਸਿਖਾਉਣ ਵਾਲਾ ਕੌਣ ਹੁੰਦਾ ਕੋਚ ਹੁੰਦਾ ਤਾਂ ਪਹਿਲੇ ਜਿਹੜਾ ਸਵਾਲ ਦਾ ਤੁਹਾਡਾ ਸਹੀ ਆਪਸ਼ਨ ਆ ਜਾਣਾ ਸੀ ਡੀ ਖਿਡਾਰੀ ਦਾ ਸਬੰਧ ਉਸੇ ਤਰ੍ਹਾਂ ਕੋਚ ਨਾਲ ਹੁੰਦਾ ਇਸੇ ਤਰ੍ਹਾਂ ਜਿਹੜਾ ਦੂਜਾ ਸਵਾਲ ਸੀ ਉਹ ਵੀ ਐਨਲੋਜੀ ਦਾ ਸੀ ਕਿ ਇਨ ਦਾ ਫੋਲੋਇੰਗ ਸਿਲੈਕਟ ਦਾ ਰਿਲੇਟਡ ਵਰਡ ਫਰੋਮ ਦਾ 기ਵਨ ਆਪਸ਼ਨ ਦਿੱਤੇ ਪ੍ਰਸ਼ਨ ਵਿੱਚ ਵਿਕਲਪਾਂ ਵਿੱਚੋਂ ਸਹੀ ਸ਼ਬਦ ਚੁਣੋ ਟੇਬਲ ਦਾ ਜੋ ਵੁੱਡ ਨਾਲ ਸਬੰਧ ਹੈ ਆ ਮੇਜ਼ ਦਾ ਜੋ ਲੱਕੜ ਨਾਲ ਸਬੰਧ ਹੈ ਉਸੇ ਤਰ੍ਹਾਂ ਸ਼ਰਟ ਦਾ ਕਮੀਜ਼ ਦਾ ਕਿਹਦੇ ਨਾਲ ਸਬੰਧ ਹੋਊਗਾ ਇਹਨਾਂ ਚਾਰ ਚਾਰ ਆਪਸ਼ਨ ਵਿੱਚੋਂ ਆਪਾਂ ਦੱਸਣਾ ਤਾਂ ਆਪਾਂ ਨੂੰ ਪਤਾ ਆ ਕਿ ਜਿਹੜੀ ਮੇਜ਼ ਆ ਜਿਹੜਾ ਮੇਜ਼ ਹੁੰਦਾ ਉਹ ਲੱਕੜ ਤੋਂ ਬਣਦਾ ਉਸੇ ਤਰ੍ਹਾਂ ਆਪਣੇ ਕੋਲ ਜਿਹੜੀ ਕਮੀਜ਼ ਆ ਉਹ ਕਿਸ ਤੋਂ ਬਣਦੀ ਹੈ ਤਾਂ ਕਮੀਜ਼ ਆਪਣੇ ਕੋਲ ਕੱਪੜੇ ਤੋਂ ਬਣਦਾ ਉਸੇ ਤਰ੍ਹਾਂ ਕਮੀਜ਼ ਆਪਣੇ ਕੋਲ ਬਣਦੀ ਹੈ ਕੱਪੜੇ ਤੋਂ ਮੇਜ਼ ਜਿਸ ਤਰ੍ਹਾਂ ਆਪਣੇ ਕੋਲ ਲੱਕੜ ਤੋਂ ਬਣਦਾ ਤਾਂ ਕਮੀਜ਼ ਉਸੇ ਤਰ੍ਹਾਂ ਆਪਣੇ ਕੋਲ ਕੱਪੜੇ ਤੋਂ ਬਣਦੀ ਹੈ ਤਾਂ ਦੂਜੇ ਸਵਾਲ ਦਾ ਸਹੀ ਆਪਸ਼ਨ ਆ ਜਾਣਾ ਸੀ ਆਪਣੇ ਕੋਲ ਡੀ ਇਸੇ ਤਰ੍ਹਾਂ ਹੁਣ ਤੀਜਾ ਸਵਾਲ ਇਨ ਦਾ ਫੋਲੋਇੰਗ ਸਿਲੈਕਟ ਦਾ ਰਿਲੇਟਡ ਵਰਡ ਫਰੋਮ ਦਾ 기ਵਨ ਆਪਸ਼ਨ ਦਿੱਤੇ ਪ੍ਰਸ਼ਨ ਵਿੱਚ ਵਿਕਲਪਾਂ ਵਿੱਚੋਂ ਸਹੀ ਸ਼ਬਦ ਚੁਣੋ ਫਿਰ ਉਸੇ ਤਰ੍ਹਾਂ ਹੀ ਐਨਲੋਜੀ ਦਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਖੇਤਰਫਲ ਦਾ ਸਬੰਧ ਦੋ ਪਸਾਰੀ ਨਾਲ ਹੈ ਏਰੀਆ ਦਾ ਸਬੰਧ ਟੂ ਡਾਈਮੈਂਸ਼ਨ ਨਾਲ ਹੈ ਵੋਲਿਊਮ ਭਾਵ ਆਇਤਨ ਦਾ ਸਬੰਧ ਕਿਹਦੇ ਨਾਲ ਹੋਏਗਾ ਤਾਂ ਬੱਚਿਓ ਆਪਾਂ ਜਿਹੜੀਆਂ ਦੋ ਪਸਾਰੀ ਆਕਿਰਤੀਆਂ ਹੁੰਦੀਆਂ ਉਹਦਾ ਆਪਾਂ ਖੇਤਰਫਲ ਪਤਾ ਕਰਦੇ ਹਾਂ ਤੇ ਤਿੰਨ ਪਸਾਰੀ ਕਿਰਤੀਆਂ ਦਾ ਆਇਤਨ ਪਤਾ ਕਰਦੇ ਹਾਂ ਤਾਂ ਜੇਕਰ ਖੇਤਰਫਲ ਦਾ ਸਬੰਧ ਦੋ ਪਸਾਰੀ ਨਾਲ ਹੈ ਆਇਤਨ ਦਾ ਸਬੰਧ ਆਣਾ ਸੀ ਤਿੰਨ ਪਸਾਰੀ ਨਾਲ ਵੋਲਿਊਮ ਜਿਹੜੀ ਆਇਤਨ ਆ ਜਾਂ ਵੋਲਿਊਮ ਆ ਉਹ ਅਸੀਂ ਤਿੰਨ ਪਸਾਰੀ ਕਿਰਤਿਆਂ ਦਾ ਪਤਾ ਕਰਦੇ ਹਾਂ ਤਿੰਨ ਪਸਾਰੀ ਭਾਵ ਜਿਨ੍ਹਾਂ ਦੀ ਲੰਬਾਈ ਚੌੜਾਈ ਤੇ ਉਚਾਈ ਤਿੰਨੇ ਹੋਣ ਦੋ ਪਸਾਰੀ ਕਿਰਤਿਆਂ ਦੀ ਉਚਾਈ ਨਹੀਂ ਹੁੰਦੀ ਉਹਨਾਂ ਦੀ ਸਿਰਫ ਲੰਬਾਈ ਤੇ ਚੌੜਾਈ ਹੀ ਹੁੰਦੀ ਹੈ ਸੋ ਖੇਤਰਫਲ ਅਸੀਂ ਦੋ ਪਸਾਰੀ ਕਿਰਤਿਆਂ ਦਾ ਪਤਾ ਕਰਦੇ ਹਾਂ ਅਤੇ ਆਇਤਨ ਅਸੀਂ ਤਿੰਨ ਪਸਾਰੀ ਕਿਰਤਿਆਂ ਦਾ ਪਤਾ ਕਰਦੇ ਹਾਂ ਤਾਂ ਅਗਲਾ ਸਵਾਲ ਆਪਣੇ ਕੋਲ ਫਾਈਂਡ ਦਾ ਨੈਕਸਟ ਨੰਬਰ ਆਫ ਦਾ ਸੀਰੀਜ਼ ਦਿੱਤੀ ਲੜੀ ਦਾ ਅਗਲਾ ਅੰਕ ਪਤਾ ਕਰੋ ਤਾਂ ਇਹ ਇੱਕ ਹੁਣ ਸੀਰੀਜ਼ ਦਾ ਕੁਐਸਚਨ ਹੈ ਪਹਿਲਾ ਅੰਕ ਆਪਣੇ ਕੋਲ 0 ਹੈ ਫਿਰ 6 24 60 120 210 ਇਸੇ ਤਰ੍ਹਾਂ ਆਪਾਂ ਅਗਲਾ ਅੰਕ ਪਤਾ ਕਰਨਾ ਹੈ ਤਾਂ ਜਿਹੜੇ ਸੀਰੀਜ਼ ਦੇ ਆਪਣੇ ਕੋਲ ਕੁਐਸਚਨ ਹੁੰਦੇ ਆ ਉਸ 'ਚ ਆਪਣੇ ਕੋਲ ਜ਼ਿਆਦਾਤਰ 4-5 ਤਰ੍ਹਾਂ ਦੇ ਪੈਟਰਨ ਹੁੰਦੇ ਆ ਕਿ ਜਿਵੇਂ ਜਾਂ ਤਾਂ ਇਹਨਾਂ ਵਿੱਚ ਕੁਝ ਜੋੜ ਕੇ ਜਾਂ ਘਟਾ ਕੇ ਆਪਾਂ ਨੂੰ ਅਗਲਾ ਨੰਬਰ ਪ੍ਰਾਪਤ ਹੋ ਰਿਹਾ ਹੁੰਦਾ ਹੈ ਜਾਂ ਗੁਣਾ ਭਾਗ ਕਰਕੇ ਅਗਲਾ ਨੰਬਰ ਪ੍ਰਾਪਤ ਹੋ ਰਿਹਾ ਹੁੰਦਾ ਹੈ ਜਾਂ ਫਿਰ ਕੁਝ ਆਪਣੇ ਕੋਲ ਜਿਵੇਂ ਵਰਗ ਜਾਂ ਘਣ ਆਪਾਂ ਨੂੰ ਪਤਾ ਹੋਣੇ ਚਾਹੀਦੇ ਹਨ ਕੁਝ ਵਰਗ ਜਿਹਨੂੰ ਆਪਾਂ ਸਕੁਅਰ ਕਹਿ ਦਿੰਦੇ ਹਾਂ ਤੇ ਜਾਂ ਫਿਰ ਘਣ ਜਿਸ ਨੂੰ ਆਪਾਂ ਕਯੂਬ ਕਹਿ ਦਿੰਦੇ ਹਾਂ ਕਈ ਵਾਰ ਇਹਨਾਂ ਦਾ ਹੀ ਇਹਨਾਂ ਨਾਲ ਹੀ ਸਬੰਧ ਰੱਖਦੀ ਹੁੰਦੀ ਹੈ ਸੀਰੀਜ਼ ਤਾਂ ਪਹਿਲਾਂ ਆਪਾਂ ਵੈਸੇ ਦੇਖਦੇ ਹਾਂ ਕਿ ਕਿੰਨੇ-ਕਿੰਨੇ ਦਾ ਫਰਕ ਪੈ ਰਿਹਾ ਤਾਂ 0 'ਚ 6 ਤਾਂ +6 ਕਰਕੇ ਆਇਆ ਇੱਥੇ +18 ਕਰਕੇ ਆਇਆ ਹੈ ਇੱਥੇ +36 ਕਰਕੇ ਆਇਆ ਹੈ ਇੱਥੇ +60 ਕੀਤਾ ਗਿਆ ਹੈ ਤੇ ਇੱਥੇ +90 ਕੀਤਾ ਗਿਆ ਹੈ ਤਾਂ ਅਸੀਂ ਦੇਖਦੇ ਹਾਂ ਕਿ ਕੋਈ ਪੈਟਰਨ ਬਣ ਰਿਹਾ ਹੈ ਕਿ ਨਹੀਂ ਪਹਿਲਾਂ 6 ਜੋੜਿਆ ਫਿਰ 18 ਫਿਰ 36 ਫਿਰ 60 ਫਿਰ 90 ਤਾਂ ਸਾਨੂੰ ਕੋਈ ਖਾਸ ਪੈਟਰਨ ਨਹੀਂ ਮਿਲ ਰਿਹਾ ਇੱਥੋਂ ਕਿ ਆਪਾਂ ਕਹੀਏ ਕਿ ਹਾਂ ਉਸੇ ਤਰ੍ਹਾਂ ਹੀ ਨੰਬਰ ਜੋੜੇ ਜਾ ਰਹੇ ਹਨ ਇਸੇ ਤਰ੍ਹਾਂ ਗੁਣਾ ਵਿੱਚ ਵੀ ਅਸੀਂ ਦੇਖਾਂਗੇ ਕਿ ਕੋਈ ਖਾਸ ਪੈਟਰਨ ਨਹੀਂ ਬਣਨਾ 6 ਨੂੰ 4 ਨਾਲ ਗੁਣਾ ਕੀਦੀ 24 24 ਨੂੰ ਫਿਰ ਆਪਾਂ ਕਿਸੇ ਨਾਲ ਗੁਣਾ ਕਰਕੇ 60 ਨਹੀਂ ਪ੍ਰਾਪਤ ਕਰ ਸਕਦੇ ਸੋ ਜੋੜ ਤੇ ਗੁਣਾ ਵਾਲੀ ਜਿਹੜੀ ਇਹ ਸੀਰੀਜ਼ ਤਾਂ ਨਹੀਂ ਹੈ ਫਿਰ ਅਸੀਂ ਵਰਗ ਜਾਂ ਘਣ ਚੈੱਕ ਕਰਦੇ ਹਾਂ ਤਾਂ ਅਸੀਂ ਦੇਖਾਂਗੇ ਜੇ ਸਾਨੂੰ ਥੋੜੇ ਵਰਗ ਤੇ ਘਣ ਯਾਦ ਹਨ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜੀ ਸੀਰੀਜ਼ ਆ ਉਹ ਘਣਾਂ ਨਾਲ ਸੰਬੰਧਿਤ ਹੈ ਆਪਾਂ ਦੇਖਦੇ ਹਾਂ ਕਿਵੇਂ ਜੇ ਆਪਾਂ 1 ਦਾ ਘਣ ਕਰਦੀਏ 1 ਦਾ ਘਣ ਮਤਲਬ ਉਹਨੂੰ 3 ਵਾਰ ਗੁਣਾ ਕਰਨੀ 1 ਦਾ ਘਣ 1 ਦਾ ਕਯੂਬ 1 ਤਾਂ ਸਾਨੂੰ 0 ਪ੍ਰਾਪਤ ਹੋਏਗਾ ਇਸੇ ਤਰ੍ਹਾਂ 2 ਦਾ ਘਣ 2 2 ਦਾ ਘਣ 3 2 ਦਾ ਘਣ 8 8 ਚੋਂ 2 ਘਟਾਈਏ 6 ਇਸੇ ਤਰ੍ਹਾਂ 3 ਦਾ ਜੇ ਕਯੂਬ ਕਰੀਏ ਘਣ ਕਰੀਏ ਫਿਰ 3 ਘਟਾਈਏ 27 ਚੋਂ 3 ਘਟਾਈਏ ਸਾਨੂੰ 24 ਪ੍ਰਾਪਤ ਹੋਏਗਾ 4 ਦਾ ਘਣ ਕਰਕੇ 3 ਘਟਾਈਏ 4 ਦਾ ਘਣ ਯਾਨੀ ਕਿ 4 ਦਾ ਕਯੂਬ 4 4 4 64 ਆ 64 ਵਿੱਚੋਂ ਜ 4 ਘਟਾਈਏ ਤਾਂ ਸਾਨੂੰ 60 ਮਿਲੇਗਾ ਇਸ ਤਰ੍ਹਾਂ 5 ਦਾ ਘਣ ਕਰਕੇ ਜੇ 5 ਘਟਾਈਏ ਤਾਂ ਸਾਨੂੰ 120 ਮਿਲੇਗਾ 125 5 120 6 ਦਾ ਘਣ ਕਰਕੇ 6 ਘਟਾਈਏ 6 ਦਾ ਜਿਹੜਾ ਕਯੂਬ ਆ ਉਹ 216 ਹੁੰਦਾ 216 ਚੋਂ 6 ਘਟਾਈਏ 210 ਤਾਂ ਅਸੀਂ ਦੇਖ ਸਕਦੇ ਹਾਂ ਕਿ 0 6 24 60 120 210 ਇਸ ਤਰ੍ਹਾਂ ਸਾਨੂੰ ਮਿਲ ਰਹੇ ਹਨ ਤਾਂ ਅਸੀਂ ਹੁਣ ਦੱਸਣਾ ਹੈ ਕਿ ਜੋ ਅਗਲਾ ਅੰਕ ਹੈ ਕੀ ਹੋਵੇਗਾ ਤਾਂ ਹੁਣ ਅਸੀਂ 7 ਦਾ ਘਣ ਕਰਕੇ ਵਿੱਚੋਂ 7 ਘਟਾਵਾਂਗੇ 7 ਦਾ ਘਣ ਭਾਵ 7 7 7 343 -7 ਉਹ ਸਾਡੇ ਕੋਲ ਆ ਜਾਏਗਾ 336 ਸੋ ਜਿਹੜੇ ਆਪਣੇ ਚੌਥੇ ਸਵਾਲ ਦਾ ਜਿਹੜਾ ਸਹੀ ਉੱਤਰ ਆਣਾ ਸੀ ਉਹ ਆਪਸ਼ਨ B ਆਣਾ ਸੀ ਆਪਸ਼ਨ B 336 ਸੋ ਇਹ ਵਧੀਆ ਹੋਵੇਗਾ ਜੇਕਰ ਤੁਸੀਂ ਪਹਿਲੇ ਜਿਵੇਂ 15 ਜਾਂ 20 ਨੰਬਰ ਆ ਜਿਹੜੇ ਉਹਨਾਂ ਦੇ ਉਹਨਾਂ ਦੇ ਸਕੁਅਰ ਤੇ ਕਯੂਬ ਯਾਦ ਰੱਖੋ ਕਿਉਂਕਿ ਕੁਝ ਜਿਹੜੀਆਂ ਸੀਰੀਜ਼ ਹੁੰਦੀਆਂ ਉਹ ਸਿੱਧੀਆਂ ਆਪਣੇ ਕੋਲ ਉਹਨਾਂ ਦੇ ਸਕੁਅਰ ਜਾਂ ਕਯੂਬ ਨਾਲ ਹੀ ਸਬੰਧ ਰੱਖਦੀਆਂ ਹੁੰਦੀਆਂ ਸੋ ਜਿਹੜੇ ਇਹਨਾਂ ਦੇ ਆਪਣੇ ਕੋਲ ਜੇ ਤੁਹਾਨੂੰ ਸਿੱਧੇ ਸਕੁਅਰ ਜਾਂ ਕਯੂਬ ਯਾਦ ਸੀ ਜਿਵੇਂ ਆਪਾਂ ਨੂੰ ਸਿੱਧੇ ਕਯੂਬ ਯਾਦ ਆ ਵੀ ਪਹਿਲਾਂ ਆਪਣੇ ਕੋਲ ਆਣਾ 1 2 ਦਾ ਕਯੂਬ 8 3 ਦਾ 27 4 ਦਾ 64 5 ਦਾ 125 6 ਦਾ 216 ਤਾਂ ਅਸੀਂ ਦੇਖ ਪਾਵਾਂਗੇ ਕਿ ਜਿਹੜੀ ਆਪਣੀ ਸੀਰੀਜ਼ ਆ ਇਹਨਾਂ ਕਯੂਬ ਜਾਂ ਘਾਣ ਦੇ ਬਹੁਤ ਨੇੜੇ-ਨੇੜੇ ਨੰਬਰ ਆ 8 ਦੇ ਨੇੜੇ ਆ 6 27 ਦੇ ਨੇੜੇ ਆ 24 64 ਦੇ ਨੇੜੇ ਆ 60 125 ਦੇ ਨੇੜੇ 120 216 ਦੇ ਨੇੜੇ ਆ 210 ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਇਹ ਸੀਰੀਜ਼ ਆ ਉਹ ਇਹ ਕਯੂਬਸ ਭਾਵਕ ਕਣਾਂ ਨਾਲ ਸੰਬੰਧ ਰੱਖਦੀ ਹੈ ਸੋ ਤੁਹਾਨੂੰ ਪਹਿਲੇ 15 ਜਿਹੜੇ ਆਪਣੇ ਨੰਬਰ ਆ ਪਹਿਲੀਆਂ 15 ਪ੍ਰਕਿਰਤਿਕ ਸਖਿਆਵਾਂ ਪਹਿਲੇ 15 ਨੈਚੁਰਲ ਨੰਬਰ ਉਹਨਾਂ ਦੇ ਸਕੁਅਰ ਵੀ ਪਤਾ ਹੋਣੇ ਚਾਹੀਦੇ ਆ ਤੇ ਕਯੂਬ ਵੀ ਪਤਾ ਹੋਣੇ ਚਾਹੀਦੇ ਵਰਗ ਤੇ ਕਣ ਦੋਨੋਂ ਉਹਨਾਂ ਦੇ ਯਾਦ ਰੱਖੋ ਤਾਂ ਕਿ ਜੋ ਇਹਨਾਂ ਜਿਹੜੀਆਂ ਪੈਟਰਨ ਵਾਲੀਆਂ ਸੀਰੀਜ਼ ਆ ਆਪਣੇ ਕੋਲ ਉਹ ਕਰਨ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹਾਂ ਫਿਰ ਹੁਣ ਨੈਕਸਟ ਟਾਈਮ ਆ ਸਾਡੇ ਕੋਲ ਪੰਜਵਾਂ ਸਵਾਲ ਇਹ ਵੀ ਆਪਣੇ ਕੋਲ ਇੱਕ ਸੀਰੀਜ਼ ਨਾਲ ਸੰਬੰਧਿਤ ਹੈ ਫਾਈਂਡ ਦਾ ਨੈਕਸਟ ਨੰਬਰ ਆਫ ਦਾ ਸੀਰੀਜ਼ ਦਿੱਤੀ ਲੜੀ ਦਾ ਅਗਲਾ ਅੰਕ ਪਤਾ ਕਰੋ ਤਾਂ ਪਹਿਲਾ ਅੰਕ 3 ਹੈ ਫਿਰ 6 ਫਿਰ 18 ਫਿਰ 72 ਇਸੇ ਤਰ੍ਹਾਂ ਹੀ ਦੇਖਣਾ ਹੈ ਕਿ ਅਗਲਾ ਅੰਕ ਕੀ ਆਵੇਗਾ ਤਾਂ ਜੇ ਤੁਸੀਂ ਥੋੜੀ ਪ੍ਰੈਕਟਿਸ ਕੀਤੀ ਆ ਤਾਂ ਤੁਹਾਨੂੰ ਇੱਕ ਆਸਾਨ ਜੀ ਸੀਰੀਜ਼ ਲੱਗੇਗੀ ਇਹ ਕਿ 3 ਤੋਂ 6 ਆਪਾਂ ਦੇਖੋ 3 ਗੁਣਾ ਜੇ ਆਪਾਂ 2 ਕਰਦੇ ਹਾਂ ਤਾਂ ਸਾਨੂੰ 6 ਪ੍ਰਾਪਤ ਹੋ ਜਾਏਗਾ 6 ਗੁਣਾ 3 ਕਰਦੇ ਹਾਂ ਤਾਂ ਸਾਨੂੰ 18 ਮਿਲੇਗਾ 18 ਨੂੰ ਜੇ ਅਸੀਂ 4 ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ 72 ਮਿਲੇਗਾ ਇਸੇ ਤਰ੍ਹਾਂ ਫਿਰ 72 ਤੋਂ ਅਗਲਾ ਅੰਕ ਪ੍ਰਾਪਤ ਕਰਨ ਲਈ ਸਾਨੂੰ 5 ਨਾਲ ਗੁਣਾ ਕਰਨੀ ਪੈਣੀ ਤਾਂ 72 ਨੂੰ ਅਜੇ ਅਸੀਂ 5 ਨਾਲ ਗੁਣਾ ਕਰੀਏ ਤਾਂ ਸਾਨੂੰ ਉੱਤਰ ਮਿਲੇਗਾ 360 ਤਾਂ ਇਸ ਸਵਾਲ ਦਾ ਜਿਹੜਾ ਸਹੀ ਉੱਤਰ ਆ ਜਾਣਾ ਸੀ ਉਹ ਆਪਸ਼ਨ A ਆ ਜਾਣਾ ਆਪਸ਼ਨ A 360 ਇੱਥੋਂ ਥੋੜਾ ਅਸੀਂ ਆਈਡੀਆ ਲਗਾ ਸਕਦੇ ਹਾਂ ਜਿਵੇਂ ਦੇਖੋ 18 ਤੇ 72 'ਚ ਕਾਫੀ ਸਾਨੂੰ ਫਰਕ ਲੱਗ ਰਿਹਾ ਤਿੰਨ ਤੇ ਛੇ 'ਚ ਫਰਕ ਇੰਨਾ ਜ਼ਿਆਦਾ ਨਹੀਂ ਹੈ। ਸੋ ਇੱਥੋਂ ਥੋੜਾ ਆਈਡੀਆ ਲੱਗ ਜਾਂਦਾ ਕਿ ਇਹ ਜੋੜ ਵਾਲੀ ਸੀਰੀਜ਼ ਨਹੀਂ ਹੋਊਗੀ ਕਿ ਗੁਣਾ ਵਾਲੀ ਸੀਰੀਜ਼ ਹੋਣ ਦੇ ਤੇ ਜ਼ਿਆਦਾ ਚਾਂਸ ਹੈ। ਕਿ ਪਹਿਲਾਂ ਫਰਕ ਘੱਟ ਸੀ, ਫਿਰ ਥੋੜਾ ਵੱਧ ਗਿਆ, ਫਿਰ ਕਾਫੀ ਜ਼ਿਆਦਾ ਵੱਧ ਗਿਆ। ਜਦੋਂ ਆਖਿਰ ਤੇ ਫਰਕ ਕਾਫੀ ਜ਼ਿਆਦਾ ਵੱਧ ਜਾਵੇ, ਉਦੋਂ ਚਾਂਸ ਹੁੰਦੇ ਆ ਕਿ ਇਹ ਗੁਣਾ ਵਾਲੀ ਸੀਰੀਜ਼ ਹੋਏਗੀ। ਸੋ 3 2 ਪਹਿਲਾਂ 2 ਨਾਲ ਗੁਣਾ ਹੋਈ, ਫਿਰ 3 ਨਾਲ ਗੁਣਾ ਹੋਈ, ਅਗਲਾ ਨੰਬਰ ਪ੍ਰਾਪਤ ਕਰਨ ਲਈ ਫਿਰ 4 ਨਾਲ, ਇਸੇ ਤਰ੍ਹਾਂ ਫਿਰ 5 ਨਾਲ ਜੇ ਗੁਣਾ ਕਰਾਂਗੇ ਤਾਂ ਸਾਨੂੰ ਜਿਹੜਾ ਲੁੜੀੰਦਾ ਅੰਕ ਪਤਾ ਲੱਗ ਜਾਏਗਾ। 72 5 ,160. ਫਿਰ ਆਪਣੇ ਕੋਲ ਆ ਗਿਆ 6ਵਾਂ ਸਵਾਲ ਵਿਚ ਫਿਗਰ ਵਿਲ ਰਿਪਲੇਸ ਦਾ ਕੁਐਸਚਨ ਮਾਰਕ ਇਨ ਦਾ ਫੋਲੋਇੰਗ ਪੈਟਰਨ ਇੱਥੇ ਕੀ ਆਣਾ ਆਪਾਂ ਹੇਠਾਂ ਵਿੱਚੋਂ ਕਿਹੜਾ ਵਿਕਲਪ ਦਿੱਤੇ ਪੈਟਰਨ ਨੂੰ ਪੂਰਾ ਕਰੇਗਾ ਤਾਂ ਦੇਖੋ ਇਹ ਵੀ ਇੱਕ ਸੀਰੀਜ਼ ਹੀ ਹੁੰਦੀ ਹੈ ਇੱਕ ਤਰ੍ਹਾਂ ਦਾ ਇੱਕ ਪੈਟਰਨ ਚੱਲ ਰਿਹਾ ਆਪਣੇ ਕੋਲ ਕਿ ਪਹਿਲਾਂ ਇਸ ਤੋਂ ਦੂਜਾ ਪ੍ਰਾਪਤ ਹੋਇਆ ਫਿਰ ਦੂਜੇ ਤੋਂ ਤੀਜਾ ਇਸੇ ਤਰ੍ਹਾਂ ਦੇਖਣਾ ਆਪਾਂ ਅਗਲਾ ਜਿਹੜੀ ਫਿਗਰ ਆਪਣੇ ਕੋਲ ਕਿਹੜੀ ਆਣੀ ਤਾਂ ਆਪਾਂ ਧਿਆਨ ਨਾਲ ਦੇਖਦੇ ਹਾਂ ਪਹਿਲਾਂ ਪਹਿਲੀ ਜਿਹੜੀ ਆਪਣੇ ਕੋਲ ਫਿਗਰ ਆ ਪਹਿਲੀ ਕਿਰਤੀ ਆ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਆਪਣੇ ਕੋਲ ਦੋ-ਦੋ ਫਿਗਰ ਸਨ ਇੱਕ ਤਾਂ ਬਾਹਰ ਆ ਜਿਹੜੀ ਕਿਰਤੀ ਇੱਕ ਉਹਨਾਂ ਦੇ ਅੰਦਰ ਹੈ ਸਾਰੀਆਂ ਡਾਇਗਰਾਮ ਵਿੱਚ ਦੋ-ਦੋ ਕਿਰਤੀਆਂ ਹਨ ਇੱਕ ਬਾਹਰ ਹੈ ਇੱਕ ਅੰਦਰ ਹੈ ਇਸੇ ਤਰ੍ਹਾਂ ਇਸੇ ਵਿੱਚ ਵੀ ਇੱਕ ਬਾਹਰ ਹੈ ਇੱਕ ਅੰਦਰ ਹੈ ਤਾਂ ਜਿਹੜੀ ਬਾਹਰ ਆ ਉਹ ਚਾਪਾ ਦੇਖਦੇ ਹਾਂ 1 2 3 4 5 6 6 ਭੁਜਾਵਾਂ ਹੈਗੀਆਂ ਆਪਣੇ ਕੋਲ 6 ਲਾਈਨਾਂ ਕਹਿ ਸਕਦੇ ਹਾਂ ਇਸੇ ਤਰ੍ਹਾਂ ਅਗਲੀ ਵਾਰ ਆ ਗਈਆਂ ਆਪਣੇ ਕੋਲ 1 2 3 4 5 6 ਤੋਂ ਬਾਅਦ 5 ਰਹਿ ਗਈ ਬਾਹਰ ਲਈ ਫਿਰ ਅਗਲੀ ਵਾਰ 4 1 2 3 4 ਅਗਲੀ ਵਾਰ 4 ਰਹਿ ਗਈਆਂ ਪਹਿਲਾਂ ਬਾਹਰ ਲਈ ਜਿਹੜੀ ਆਪਣੇ ਕੋਲ ਕਿਰਤੀ ਸੀ ਉਹ 'ਚ 6 ਭਜਾਵਾਂ ਸੀ ਫਿਰ 5 ਸੀ ਫਿਰ 4 ਸੀ ਤਾਂ ਓਬਵੀਅਸਲੀ ਹੁਣ 3 ਰਹਿ ਜਾਣਗੀਆਂ ਹੁਣ ਆਪਣੇ ਕੋਲ ਜਿਹੜੀ ਇੱਥੇ ਆਣੀ ਹੈ ਉਹ 'ਚ 3 ਆਪਣੇ ਕੋਲ ਭਜਾਵਾਂ ਹੋਣੀਆਂ ਚਾਹੀਦੀਆਂ ਸੋ ਇੱਥੇ 4 ਭਜਾਵਾਂ ਇਹ ਤਾਂ ਆਪਸ਼ਨ ਹੋ ਨਹੀਂ ਸਕਦਾ ਇੱਥੇ 3 ਆਏ ਹੋ ਸਕਦਾ ਇੱਥੇ ਵੀ 4 ਭਜਾਵਾਂ ਇਹ ਵੀ ਨਹੀਂ ਹੋ ਸਕਦਾ ਤਾਂ ਇਹਨਾਂ ਦੋਵਾਂ 'ਚੋਂ ਇੱਕ ਉੱਤਰ ਹੋਏਗਾ ਹੁਣ ਆਪਾਂ ਜਿਹੜੀ ਆ ਅੰਦਰਲੀ ਕਿਰਤੀ ਦੇਖਦੇ ਹਾਂ ਅੰਦਰਲੀ ਗਿਰਤੀ ਜੀ ਦੇਖਦੇ ਆ ਇੱਥੇ 1 2 3 4 5 ਪੰਜ ਲਾਈਨਾਂ ਆਪਣੇ ਕੋਲ ਫਿਰ ਅੱਗੇ 1 2 3 4 ਲਾਈਨਾਂ ਤੇ 4 1 2 3 ਇੱਥੇ ਆਪਣੇ ਕੋਲ ਤਿੰਨ ਲਾਈਨਾਂ ਤਾਂ ਹੁਣ ਫਿਰ ਦੋ ਦੀ ਵਾਰੀ ਆ ਪਹਿਲਾਂ 5 ਸੀ ਅੰਦਰਲੀ ਗਿਰਤੀ 'ਚ ਫਿਰ 4 ਫਿਰ ਆਪਣੇ ਕੋਲ ਰਹਿ ਗਈਆਂ 3 ਹੋਣ ਆਣੀਆਂ 2 ਤਾਂ ਅੰਦਰਲੀ ਗਿਰਤੀ ਜੀ ਜਿਹਦੇ ਦੋ ਲਾਈਨਾਂ ਆ ਉਹ ਆਪਣਾ ਆਨਸਰ ਹੋਏਗਾ ਇੱਥੇ ਅੰਦਰਲੀ 'ਚ ਵੀ ਤਿੰਨ ਸੋ ਇਹ ਨਹੀਂ ਹੋ ਸਕਦਾ ਇੱਥੇ ਅੰਦਰਲੀ 'ਚ ਦੋ ਆ ਸੋ ਇਹ ਆਪਣਾ ਆਪਸ਼ਨ ਹੋਊਗਾ ਇਹ ਨਹੀਂ ਹੋ ਸਕਦਾ ਕਿਉਂਕਿ ਅੰਦਰਲੀ 'ਚ ਤਿੰਨ ਆ ਇੱਥੇ ਆਪਣੇ ਕੋਲ ਅੰਦਰਲੀ 'ਚ ਦੋ ਆ ਸੋ ਇਹਦਾ ਆਪਸ਼ਨ ਆਣਾ ਆਪਣੇ ਕੋਲ ਡੀ ਇਹ ਵਾਲੇ ਤੇ ਤੁਸੀਂ ਟਿੱਕ ਲਾਣੀ ਸੀ ਸੋ ਪਹਿਲਾਂ ਆਪਾਂ ਬਾਹਰਲੀ ਕਿਰਤੀ ਦੇਖੀ ਪਹਿਲਾਂ 6 ਸੀ ਫਿਰ 5 ਫਿਰ 4 ਫਿਰ ਅਗਲੀ 'ਚ 3 ਆਣੀਆਂ ਸੀ ਇਹਦੇ 'ਚ ਵੀ 3 ਆ ਇਹਦੇ 'ਚ ਵੀ 3 ਆ ਕੋਈ ਵੀ ਉੱਤਰ ਹੋ ਸਕਦਾ ਸੀ ਦੋਵਾਂ 'ਚੋਂ ਇਹ ਅਸੀਂ ਕੱਟ ਦਿੱਤੇ ਪਹਿਲਾਂ ਫਿਰ ਅਸੀਂ ਅੰਦਰਲੀ ਦੇਖੀ ਅੰਦਰ ਆਪਣੇ ਕੋਲ ਪਹਿਲਾਂ 5 ਲੈਣਾ ਸੀ ਫਿਰ 4 ਫਿਰ 3 ਹੁਣ 2 ਦੀ ਵਾਰੀ ਸੀ ਤਾਂ 2 ਵਾਲੀ ਆਪਣੇ ਕੋਲ ਇਹ ਆ ਸੋ ਆਪਸ਼ਨ ਡੀ ਸਹੀ ਆਨਸਰ ਆਣਾ ਸੀ ਫਿਰ ਸੱਤਵਾਂ ਸਵਾਲ ਆਪਣੇ ਕੋਲ ਫਾਈਂਡ ਆਡ ਵਨ ਆਊਟ ਫਰੋਮ ਦਾ ਆਪਸ਼ਨਸ ਪਿੰਨ ਵਿਕਲਪ ਚੁਣੋ ਆਡ ਵਨ ਆਊਟ ਦਾ ਭਾਵ ਹੈ ਕਿ ਇਹ ਜਿਹੜੇ ਚਾਰ ਆਪਸ਼ਨ ਆ ਇਹਨਾਂ ਵਿੱਚੋਂ ਜਿਹੜੇ ਤਿੰਨ ਆ ਉਹ ਤਾਂ ਇੱਕੋ ਜਿਹੇ ਆ ਉਹਨਾਂ ਤਿੰਨਾਂ 'ਚ ਤਾਂ ਉਹੀ ਸਬੰਧ ਆ ਇੱਕ ਆਪਸ਼ਨ ਹੈ ਉਹ ਜਿਹੜਾ ਬਾਕੀ ਤਿੰਨਾਂ ਤੋਂ ਪਿੰਨ ਉਹ ਵੱਖਰਾ ਬਾਕੀ ਤਿੰਨਾਂ ਤੋਂ ਤਾਂ ਆਪਾਂ ਪਹਿਲਾਂ ਜਿਹੜੇ ਵੀ ਆਪਸ਼ਨ ਦਿੱਤੇ ਆ ਉਹਨਾਂ 'ਚ ਆਪਾਂ ਨੂੰ ਦੇਖ ਰਹੇ ਹਾਂ ਹਰ ਆਪਸ਼ਨ 'ਚ ਦੋ ਦੋ ਨੰਬਰ ਦਿੱਤੇ ਗਏ ਤਾਂ ਆਪਾਂ ਇਹਨਾਂ ਦਾ ਪਹਿਲਾਂ ਸਬੰਧ ਦੇਖਦੇ ਹਾਂ ਕਿ ਕੀ ਸਬੰਧ ਹੋ ਸਕਦਾ ਤੇ ਜਿਹੜੇ ਵਿਦਿਆਰਥੀਆਂ ਨੂੰ ਵਰਗ ਯਾਦ ਆ ਤਾਂ ਉਹ ਆਸਾਨੀ ਨਾਲ ਦੇਖ ਪਾ ਰਹੇ ਹੋਣਗੇ ਕਿ ਇਹ 100 ਤੇ 121 ਇਹ ਵਰਗ ਸੰਖਿਆਵਾਂ ਹਨ 100 ਆਪਣੇ ਕੋਲ 10 ਦਾ ਵਰਗ ਹੈ 10 ਦੀ ਦੋ ਲਿਖ ਸਕਦੇ ਆ ਇਹਨੂੰ 10 ਦਾ ਵਰਗ 121 11 ਦਾ ਵਰਗ ਹੈ ਇਸੇ ਤਰ੍ਹਾਂ 25 5 ਦਾ ਵਰਗ ਹੈ ਕਿ 36 6 ਦਾ ਵਰਗ ਹੈ 81 9 ਦਾ ਵਰਗ ਹੈ ਪਰ 90 ਕਿਸੇ ਦਾ ਵਰਗ ਨਹੀਂ ਹੈ ਇਹਨੂੰ ਇੱਕ ਵਾਰ ਅਹੀਂ ਛੱਡਦੇ ਹਾਂ 64 ਆਪਣੇ ਕੋਲ 8 ਦਾ ਵਰਗ ਹੈ ਤੇ 81 ਫਿਰ 9 ਦਾ ਵਰਗ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਹਿਲਾ ਦੂਜਾ ਤੇ ਜਿਹੜਾ ਚੌਥਾ ਆਪਸ਼ਨ ਆ ਇਹ ਲਗਭਗ ਇੱਕੋ ਜਿਹਾ ਦੇਖੋ 10 ਦਾ ਵਰਗ ਫਿਰ ਅਗਲੀ ਸੰਖਿਆ 11 ਦਾ ਵਰਗ 5 ਦਾ ਵਰਗ ਫਿਰ ਅਗਲੀ ਸੰਖਿਆ 6 ਦਾ ਵਰਗ 8 ਦਾ ਵਰਗ ਫਿਰ ਅਗਲੀ ਸੰਖਿਆ 9 ਦਾ ਵਰਗ ਤੀਜਾ ਆਪਸ਼ਨ ਵਿੱਚ ਆਪਣੇ ਕੋਲ 9 ਦਾ ਵਰਗ ਇੱਥੇ 10 ਦਾ ਵਰਗ ਜੇ ਬੰਦਾ ਤਾਂ ਫਿਰ ਇਹ ਵੀ ਇੰਨਾ ਵਰਗਾ ਹੋ ਜਾਂਦਾ ਪਰ ਕਿਉਂਕਿ 90 ਕਿਸੇ ਦਾ ਵਰਗ ਨਹੀਂ ਹੈ 10 ਦਾ ਵਰਗ ਨਹੀਂ ਹੈ ਸੋ ਇਹ ਜਿਹੜਾ ਆਪਸ਼ਨ ਆ ਸੀ ਉਹ ਸਾਰਿਆਂ ਤੋਂ ਭਿੰਨ ਹੈ ਉਹ ਸਾਰਿਆਂ ਤੋਂ ਆਊਟ ਵਨ ਆਊਟ ਹੈ ਸੋ ਇਸ ਸਵਾਲ ਦਾ ਜਿਹੜਾ ਆਪਸ਼ਨ ਆਣਾ ਸੀ ਕਰੈਕਟ ਆਪਸ਼ਨ ਉਹ ਸੀ ਆਣਾ ਸੀ ਬਾਕੀ ਸਾਰਿਆਂ 'ਚ ਇੱਕੋ ਜਿਹਾ ਸਬੰਧ ਹੈ ਬਾਕੀ ਸਾਰਿਆਂ 'ਚ ਉਹੀ ਇੱਕ ਦੂਜੇ ਨਾਲ ਸਬੰਧ ਹੈ ਜੋ ਏ 'ਚ ਵੀ ਉਹੀ ਹੈ ਬੀ 'ਚ ਵੀ ਉਹੀ ਹੈ ਡੀ 'ਚ ਵੀ ਉਹੀ ਹੈ ਸੀ ਆਪਸ਼ਨ 'ਚ ਇਸ ਤਰ੍ਹਾਂ ਦਾ ਕੋਈ ਵਰਗਾਂ ਦਾ ਸਬੰਧ ਨਹੀਂ ਬਰਦਾ ਸੋ ਸੀ ਆਪਸ਼ਨ ਸਾਰਿਆਂ ਤੋਂ ਪਿੰਨ ਹੈ ਇਹਦਾ ਸਹੀ ਉੱਤਰ ਆਏਗਾ ਸੀ ਆਪਸ਼ਨ ਹੁਣ ਅਖਤਮਾ ਸਵਾਲ ਹੈ ਸਾਡੇ ਕੋਲ ਫਾਈਂਡ ਆਡ ਵਨ ਆਊਟ ਫਰੋਮ ਦਾ ਆਪਸ਼ਨ ਪਿੰਨ ਵਿਕਲਪ ਚੁਣੋ ਫਿਰ ਆਪਾਂ ਉਸੇ ਤਰ੍ਹਾਂ ਹੀ ਇਹਨਾਂ ਚੋਂ ਜਿਹੜੇ ਚਾਰ ਆਪਸ਼ਨ ਆ ਇੱਕ ਆਪਸ਼ਨ ਸਾਰਿਆਂ ਤੋਂ ਵੱਖਰਾ ਹੈ ਤਿੰਨ ਆਪਸ਼ਨ ਇੱਕੋ ਜਿਹੇ ਆ ਤੇ ਇੱਕ ਆਪਸ਼ਨ ਆਡ ਵਨ ਆਊਟ ਆ ਭਾਵ ਬਾਕੀਆਂ ਤੋਂ ਪਿੰਨ ਹੈ ਤਾਂ ਅਸੀਂ ਆਪਸ਼ਨ ਦੇਖਦੇ ਹਾਂ ਨੋਜ਼ ਭਾਵ ਨੱਕ ਆਈਜ਼ ਅੱਖਾਂ ਸਕਿਨ ਚਮੜੀ ਤੀ ਤਦਾਂ ਇਨਾਂ ਚ ਅਸੀਂ ਦੇਖਣਾ ਹੈ ਕਿ ਕਿਹੜੇ ਤਿੰਨ ਆਪਸ਼ਨ ਇੱਕੋ ਜਿਹੇ ਆ ਤੇ ਚੌਥਾ ਕਿਹੜਾ ਸਾਰਿਆਂ ਤੋਂ ਵੱਖਰਾ ਤੇ ਬੱਚਿਓ ਸਾਨੂੰ ਪਤਾ ਕਿ ਸਾਡੇ ਜਿਹੜੇ ਸਰੀਰ ਦੇ ਪੰਜ ਆ ਜਿਹੜੇ ਉਹ ਸੈਂਸ ਆਰਗਨ ਹੁੰਦੇ ਆ ਜਿਨੂੰ ਕਿ ਗਿਆਨ ਇੰਦਰੀਆਂ ਕਹਿੰਦੇ ਆ ਉਹ ਹੁੰਦੀਆਂ ਆਪਣੀਆਂ ਅੱਖ ਨੱਕ ਕੰਨ ਜੀਭ ਤੇ ਚਮੜੀ ਅੱਖ ਨੱਕ ਕੰਨ ਜੀਭ ਤੇ ਚਮੜੀ ਤਾਂ ਦੰਦ ਦਾ ਜਿਹੜਾ ਉਹ ਕੋਈ ਸੈਂਸ ਆਰਗਨ ਨਹੀਂ ਹੁੰਦਾ ਆਪਣਾ ਉਹ ਆਪਣੀ ਕੋਈ ਗਿਆਨ ਇੰਦਰੀ ਨਹੀਂ ਹੁੰਦੀ ਸੋ ਅੱਖ ਨੱਕ ਚਮੜੀ ਆਏ ਤਿੰਨੇ ਜਿਹੜੀਆਂ ਉਹ ਸੈਂਸ ਆਰਗਨ ਭਾਉ ਗਿਆਨ ਇੰਦਰੀਆਂ ਹਨ ਦੰਦ ਇਹਨਾਂ ਨਾਲ ਸਬੰਧ ਨਹੀਂ ਰੱਖਦਾ ਦੰਦ ਆਪਣੀ ਗਿਆਨ ਇੰਦਰੀ ਨਹੀਂ ਹੁੰਦੀ ਸੋ ਇਹਦਾ ਆਨਸਰ ਆਏਗਾ ਡੀ ਆਪਸ਼ਨ ਹੁਣ ਨੈਕਸਟ ਹੈ ਆਪਣੇ ਕੋਲ ਨਵਾਂ ਸਵਾਲ ਅਗੇਨ ਉਸੇ ਤਰ੍ਹਾਂ ਦਾ ਹੀ ਸਵਾਲ ਆ ਫਾਈਂਡ ਆਡ ਵਨ ਆਊਟ ਫਰੋਮ ਦਾ ਆਪਸ਼ਨ ਭਿੰਨ ਵਿਕਲਪ ਚੁਣੋ ਇਹਨਾਂ ਚੋਂ ਦੱਸਣਾ ਹੈ ਕਿ ਕਿਹੜਾ ਆਪਸ਼ਨ ਹੈ ਜੋ ਬਾਕੀਆਂ ਨਾਲ ਸਬੰਧ ਨਹੀਂ ਰੱਖਦਾ ਤਾਂ ਆਪਸ਼ਨ ਹੈ 12 7 11 ਤੇ 13 ਇਸ ਵਿੱਚ ਸਾਡੇ ਦੋ ਲੌਜੀਕ ਲੱਗ ਸਕਦੇ ਆ ਇੱਕ ਲੌਜੀਕ ਤਾਂ ਇਹ ਲੱਗ ਸਕਦਾ ਵੀ ਜਿਹੜੀਆਂ 7 11 ਤੇ 13 ਇਹ ਸਾਡੇ ਕੋਲ ਟਾਂਗ ਸੰਖਿਆਵਾਂ ਆਡ ਨੰਬਰਸ ਆ ਤੇ ਜਿਹੜਾ 12 ਹੈਗਾ ਆਪਣੇ ਕੋਲ ਉਹ ਜਿਸਤ ਸੰਖਿਆ ਈਵਨ ਨੰਬਰ ਤਾਂ 12 ਸਭ ਤੋਂ ਵੱਖਰਾ ਹੋ ਗਿਆ ਜਾਂ ਅਸੀਂ ਇਹਨੂੰ ਅਪਹਾਰ ਸੰਖਿਆ ਵਾਲੇ ਲੌਜੀਕ ਨਾਲ ਵੀ ਦੇਖ ਸਕਦੇ ਆ 7 11 ਤੇ 13 ਤਿੰਨੇ ਅਪਹਾਰ ਸੰਖਿਆਵਾਂ ਹਨ ਕਿਸੇ ਦੇ ਭਾੜੇ 'ਚ ਨਹੀਂ ਆਉਂਦੀਆਂ ਪ੍ਰਾਈਮ ਨੰਬਰਸ ਆ ਇਹ ਅਪਹਾਰ ਸੰਖਿਆਵਾਂ ਨੂੰ ਪ੍ਰਾਈਮ ਨੰਬਰ ਕਹਿੰਦੇ ਆਪਾਂ ਇੰਗਲਿਸ਼ ਤੇ 12 ਜਿਹੜੀ ਉਹ ਤਾਂ ਆਪਾਂ ਨੂੰ ਪਤਾ ਅਪਾਜ ਸੰਖਿਆ ਨਹੀਂ ਹੈ। ਤੋਂ ਉਹਦੇ ਭਾੜੇ 'ਚ ਵੀ ਆਉਂਦਾ ਹੈ 3 ਦੇ 'ਚ ਵੀ 6 ਦੇ 'ਚ ਵੀ। ਸੋ ਇਹੀ ਆਪਣੇ ਕੋਲ ਜਿਹੜਾ ਸਾਰਿਆਂ ਤੋਂ ਪਿੰਨ ਹੈ। ਇੱਥੇ ਟਾਂਕ ਜਿਸਤ ਵਾਲਾ ਲਾਜਿਕ ਵੀ ਲੱਗ ਸਕਦਾ ਹੈ। ਤੇ ਅਪਾਜ ਸੰਖਿਆ ਵਾਲਾ ਲਾਜਿਕ ਵੀ ਲੱਗ ਸਕਦਾ ਹੈ। ਸੋ 9th ਜਿਹੜਾ ਆਪਣੇ ਕੋਲ ਸਮ ਆ ਉਹਦਾ ਉੱਤਰ ਆਉਣਾ ਸੀ অপਸ਼ਨ A। ਹੋਰ ਨੈਕਸਟ 10th ਸਮ ਆਪਣੇ ਕੋਲ K ਦਾ ਕੋਡ ਦੇਖੋ। K ਆਪਣੇ ਕੋਲ ਕਹਿੰਦੇ K 22 ਹੈ। A C T ਇਹ ਬਰਾਬਰ 48 ਹੈ ਦੈਨ ਵਾਟ ਇਜ਼ ਦਾ ਕੋਡ ਆਫ MAT MAT ਦਾ ਕੋਡ ਪਤਾ ਕਰਨਾ ਹੈ ਜੇਕਰ ਕਿਸੇ ਕੋਡ ਵਿੱਚ K 22 ACT ਇਹ ਬਰਾਬਰ 48 ਤਾਂ MAT ਦਾ ਕੋਡ ਕੀ ਹੋਵੇਗਾ ਇਹ ਚਾਰ ਆਪਸ਼ਨ ਆ ਤਾਂ ਇਹ ਕੋਡਿੰਗ ਡੀਕੋਡਿੰਗ ਦਾ ਕੁਐਸਚਨ ਆ ਤੁਸੀਂ ਦੇਖੋ ਬੱਚਿਓ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ABCD ਦੇ ਸਾਰੇ ਅੰਕ ਯਾਦ ਕਰ ਲਓ ਕਿ ਇਹ ਕਿੰਨੇਵੇਂ ਨੰਬਰ ਤੇ ਆਉਂਦੇ ਹਨ ਏ ਕਿੰਨੇਵੇਂ ਤੇ ਆਉਂਦਾ ਹੈ ਬੀ ਕਿੰਨੇਵੇਂ ਤੇ ਸੀ ਕਿੰਨੇਵੇਂ ਤੇ ਇਸੇ ਤਰ੍ਹਾਂ ਸਾਰੀ ABC ਦੇ ਜੇ ਤੁਸੀਂ ਇਹ ਲੈਟਰ ਦਾ ਅੰਕ ਯਾਦ ਕਰ ਲਵੋ ਤਾਂ ਬਹੁਤ ਆਸਾਨੀ ਨਾਲ ਇਹ ਸਵਾਲ ਹੱਲ ਕਰ ਸਕਦੇ ਹੋ ਤਾਂ ਕੇ ਸਾਨੂੰ ਪਤਾ ਹੈ ਕਿ ਕੇ ਕਿੰਨੇਵੇਂ ਨੰਬਰ ਤੇ ਆਉਂਦਾ ਹੈ ABCD ਚ ਇਹ 11ਵੇਂ ਨੰਬਰ ਤੇ ਆਉਂਦਾ ਕੇ ਦਾ ਅੰਕ ਹੁੰਦਾ ਹੈ ਉੱਥੇ 11 ਵੈਸੇ ਵੀ ਕਰਕੇ ਦੇਖ ਲਓ ABCD EFGH I J K ਕੇ ਦਾ ਅੰਕ ਆਏਗਾ 11 ਤਾਂ 11ਵੇਂ ਨੰਬਰ ਤੇ ਆਉਂਦਾ ਕੇ ਆਪਾਂ ਨੂੰ ਪਤਾ ਤੇ ਇਹਦਾ ਕੋਡ 22 ਦਿੱਤਾ ਹੋਇਆ ਆਪਾਂ ਯਾਨੀ ਕਿ 99 ਨੰਬਰ ਤੇ ਆਉਂਦਾ ਉਸ ਦਾ ਦੁਗਣਾ ਕੀਤਾ ਹੋਇਆ ਇਸੇ ਤਰ੍ਹਾਂ ਆਪਾਂ ACD ਵਾਲਾ ਵੀ ਦੇਖਦੇ ਹਾਂ A ਆਉਂਦਾ ਆਪਣੇ ਪਹਿਲੇ ਨੰਬਰ ਤੇ C ਆਉਂਦਾ ਤੀਜੇ ਨੰਬਰ ਤੇ ਤੇ T ਆਉਂਦਾ ਆਪਣੇ ABC ਵਿੱਚ 20ਵੇਂ ਨੰਬਰ ਤੇ ਇਹ ਕੋਈ ਸਟ੍ਰਿਕਸ ਦੀ ਹੈਲਪ ਨਾਲ ਤੁਸੀਂ ਯਾਦ ਕਰ ਸਕਦੇ ਹੋ ਜਿਵੇਂ T20 T20 ਤੁਸੀਂ ਆਮ ਹੀ ਸੁਣਦੇ ਹੋ ਤਾਂ T ਹੁੰਦਾ 20 ਤੇ ਉਹਦੀ ਹੈਲਪ ਨਾਲ ਵੀ ਯਾਦ ਕਰ ਸਕਦੇ ਹੋ ਅੱਜ ਆਪਾਂ ਦੇਖੀਏ 1+3=4 4 ਤੇ ਵੀ 24 ਇਹਨਾਂ ਦਾ ਜੋੜ 24 ਬਣਦਾ ਹੈ ਪਰ ਇਹਦਾ ਕੋਡ ਆਪਾਂ ਨੂੰ ਕਿੰਨਾ ਦਿੱਤਾ ਹੁੰਦਾ ਦੇ ਕਿੰਨਾ ਦਿੱਤਾ ਹੋਇਆ 48 ਯਾਨੀ ਕਿ 24 ਦਾ ਦੁੱਗਣਾ ਕਰ ਦਿੱਤਾ ਜਿਵੇਂ ਇੱਥੇ 11 ਦਾ ਦੁੱਗਣਾ ਕਰਤਾ 22 ਆ ਗਿਆ ਉਸੇ ਤਰ੍ਹਾਂ ਇਹਨਾਂ ਦਾ ਪਹਿਲਾਂ ਜੋੜ ਕਰਕੇ 24 24 2 48 ਆ ਗਿਆ ਇਸੇ ਤਰ੍ਹਾਂ ਆਪਾਂ ਹੁਣ ਮੈਟ ਵਾਲੇ ਜਿਹੜੇ ਇਹਦੇ ਲੈਟਰ ਆ ਉਹਨਾਂ ਦਾ ਕੋਡ ਲਿਖਦੇ ਹਾਂ ਐਮ ਹੁੰਦਾ 13ਵੇਂ ਨੰਬਰ ਤੇ ABC ਵਿੱਚ A ਇਹ ਹੁੰਦਾ ਪਹਿਲੇ ਤੇ T ਹੁੰਦਾ 20 ਤੇ ਇਹਨਾਂ ਨੂੰ ਜੇ ਜੋੜ ਕਰੀਏ ਤਾਂ ਸਾਡੇ ਕੋਲ ਆ ਜਾਏਗਾ 13 14 27 14 ਤੇ ਵੀ 34 ਉਸੇ ਤਰ੍ਹਾਂ ਜੇ 34 ਨੂੰ 2 ਨਾਲ ਗੁਣਾ ਕਰਾਂਗੇ ਅਸੀਂ ਸਾਨੂੰ 68 ਮਿਲ ਜਾਏਗਾ ਸੋ ਇਸ ਜਿਹੜੇ ਸਵਾਲ ਦਾ ਆਪਸ਼ਨ ਆਣਾ ਸੀ ਕਰੈਕਟ ਉਹ ਆਉਣਾ ਸੀ ਆਪਸ਼ਨ 8 8 ਜਿਹੜਾ ਇਹਨਾਂ ਦਾ ਕੋਡ ਹੁੰਦਾ ਇੰਗਲਿਸ਼ ਅਲਫਾਬੈਟਸ ਦਾ ਉਹਨਾਂ ਨੂੰ ਬਸ 2 ਨਾਲ ਗੁਣਾ ਕੀਤੀ ਹੋਈ ਹੈ ਭਾਵੇਂ ਜੋੜ ਕੇ ਬਾਅਦ ਚ 2 ਨਾਲ ਗੁਣਾ ਕਰ ਲਓ ਪਹਿਲਾਂ ਹੀ ਭਾਵੇਂ ਤੁਸੀਂ 2 ਨਾਲ ਗੁਣਾ ਕਰਕੇ ਇਕੱਲੇ ਇਕੱਲੇ ਨੂੰ ਬਾਅਦ ਚ ਜੋੜ ਦਿਓ ਵੀ ਕੋਈ ਗੱਲ ਨਹੀਂ ਪਹਿਲਾਂ 1 ਨੂੰ 2 ਨਾਲ ਗੁਣਾ ਕਰਤੀ ਫਿਰ 3 ਨੂੰ 2 ਨਾਲ ਫਿਰ 20 ਨੂੰ 2 ਨਾਲ ਬਾਅਦ ਚ ਜੋੜ ਦੋ ਭਾਵੇਂ ਪਹਿਲਾਂ ਜੋੜ ਕੇ ਬਾਅਦ ਚ ਦੋ ਨਾਲ ਗੁਣਾ ਕਰਦੀਏ ਭਾਵੇਂ ਪਹਿਲਾਂ ਦੋ ਨਾਲ ਗੁਣਾ ਕਰਕੇ ਬਾਅਦ ਚ ਜੋੜ ਲਈਏ ਸੋ ਇਸ ਤਰ੍ਹਾਂ ਦੇ ਸਵਾਲ ਜਿਹੜੇ ਕੋਡਿੰਗ ਡੀਕੋਡਿੰਗ ਨਾਲ ਸੰਬੰਧ ਰੱਖਦੇ ਆ ਤੁਹਾਨੂੰ ਇਹਨਾਂ ਦੇ ਕੋਡ ਜੇ ਜਿੰਨੇ ਜਲਦੀ ਯਾਦ ਹੋਣਗੇ ਓਨੀ ਜਲਦੀ ਤੁਸੀਂ ਇਨਾਂ ਸਵਾਲਾਂ ਨੂੰ ਬਹੁਤ ਟਾਈਮ ਸੇਵ ਕਰ ਸਕਦੇ ਸਮਾਂ ਬਹੁਤ ਤੁਹਾਡਾ ਬਚੂਗਾ ਜੇ ਤੁਸੀਂ ਇਹ ਸਿੱਧਾ ਯਾਦ ਰੱਖ ਲਓ ਕਿ ਜਿਹੜਾ ਸਾਰੇ ਅਲਫਾਬੇਟਾ ਉਹ ਕਿੰਵੇਂ ਨੰਬਰ ਤੇ ਆਉਂਦੇ ਆ ਹਾਂਜੀ ਫਿਰ ਅਸੀਂ ਹੁਣ 11ਵਾਂ ਪ੍ਰਸ਼ਨ ਦੇਖਦੇ ਹਾਂ ਇਫ ਇਨ ਅ ਸਰਟਨ ਕੋਡ ਆਰਡਰ ਇਜ਼ ਰਿਟਨ ਐਸ L I W V I ਦੈਨ ਹਾਊ ਸਬਸਟੀਟਿਊਸ਼ਨ ਵਿਲ ਬੀ ਰਿਟਨ ਇਨ ਥਿਸ ਕੋਡ ਜੇਕਰ ਕਿਸੇ ਕੋਡ ਵਿੱਚ ਆਰਡਰ ਨੂੰ L I W V I ਲਿਖਿਆ ਜਾਂਦਾ ਹੈ ਤਾਂ ਸਬਸਟੀਟਿਊਸ਼ਨ ਦਾ ਕੀ ਕੋਡ ਹੋਵੇਗਾ ਤਾਂ ਦੇਖੋ ਉਹਨਾਂ ਨੇ ਜੋ ਕਹਿੰਦੇ ਆਰਡਰ ਦਾ ਇਹਦੇ ਨਾਲ ਸੰਬੰਧ ਆ ਆਰਡਰ ਨੂੰ ਅਸੀਂ ਇਸ ਤਰ੍ਹਾਂ ਲਿਖਤਾ ਸਬਸਟੀਟਿਊਸ਼ਨ ਨੂੰ ਕਿਵੇਂ ਲਿਖਿਆ ਜਾਊਗਾ ਸਬਸਟੀਟਿਊਸ਼ਨ ਨੂੰ ਇਹਨਾਂ ਆਪਸ਼ਨਾਂ ਵਿੱਚੋਂ ਕਿਵੇਂ ਲਿਖਿਆ ਜਾਊਗਾ ਤਾਂ ਇਸ ਤਰ੍ਹਾਂ ਦੇ ਸਵਾਲ ਕਰ ਲਈਏ ਦੇਖੋ ਆਪਾਂ ਨੂੰ ਫਿਰ ਆਰਡਰ ਦਾ ਆਪਾਂ ਨੂੰ ਪਤਾ ਨਾ ਕਿ ਐਲ ਆਈ ਡਬਲਯੂ ਵੀ ਆਈ ਨਾਲ ਸੰਬੰਧ ਹੈ ਆਰਡਰ ਦੇ ਥੱਲੇ ਤੁਸੀਂ ਐਲ ਆਈ ਡਬਲਯੂ ਵੀ ਆਈ ਲਿਖ ਦੇਣਾ ਹੁਣ ਇਹਨਾਂ ਦੇ ਕੋਡ ਸਾਨੂੰ ਪਤਾ ਹੋਣੇ ਚਾਹੀਦੇ ਆ ਜਿਹੜੇ ਇੰਗਲਿਸ਼ ਅਲਫਾਬੈਟ ਵਿੱਚ ਕਿੰਨੇਵੇਂ ਨੰਬਰ ਤੇ ਆਉਂਦਾ ਹੈ ਜੇ ਆਪਾਂ ਨੂੰ ਯਾਦ ਹੋਣਗੇ ਤਾਂ ਬਹੁਤ ਆਸਾਨੀ ਨਾਲ ਇਹ ਸਵਾਲ ਆਪਾਂ ਹੱਲ ਕਰ ਪਾਵਾਂਗੇ ਤਾਂ ਉਹ ਆਉਂਦਾ ਹੈ ਇੰਗਲਿਸ਼ ਅਲਫਾਬੈਟਸ ਵਿੱਚ 15ਵੇਂ ਨੰਬਰ ਤੇ ਆਰ ਆਉਂਦਾ ਹੈ 18ਵੇਂ ਤੇ ਡੀ ਚੌਥੇ ਤੇ ਈ ਪੰਜਵੇਂ ਤੇ ਸਾਈਡ ਤੇ ਤੁਸੀਂ ਏ ਬੀ ਸੀ ਡੀ ਲਿਖ ਕੇ ਵੀ ਇਹ ਕੋਡ ਉੱਥੋਂ ਦੇਖ ਕੇ ਲਿਖ ਸਕਦੇ ਹੋ ਜੇ ਸਿੱਧੇ ਯਾਦ ਆ ਤਾਂ ਹੋਰ ਵੀ ਸਾਡਾ ਸਮਾਂ ਬਚ ਸਕਦਾ ਹੈ ਆਰ ਆਉਂਦਾ 18ਵੇਂ ਤੇ ਇਸੇ ਤਰ੍ਹਾਂ ਐਲ ਆਉਂਦਾ ਸਾਡੇ ਕੋਲ 12ਵੇਂ ਨੰਬਰ ਤੇ ਆਈ 9ਵੇਂ ਤੇ ਇਹ 23ਵੇਂ ਤੇ ਇਹ ਆਉਂਦਾ ਆਪਣੇ ਕੋਲ 22ਵੇਂ ਤੇ ਇਹ ਆਉਂਦਾ 9ਵੇਂ ਤੇ ਤਾਂ ਇਹਨਾਂ ਵਿੱਚ ਹੁਣ ਅਸੀਂ ਸੰਬੰਧ ਦੇਖਣਾ ਹੁੰਦਾ ਹੈ ਕਿ ਕੀ ਇਹ 15 ਤੋਂ 12 ਕੁਝ ਜੋੜ ਕਰਕੇ ਪ੍ਰਾਪਤ ਹੋ ਰਿਹਾ ਹੈ ਕੁਝ ਘਟਾਓ ਕਰਕੇ ਪ੍ਰਾਪਤ ਹੋ ਰਿਹਾ ਹੈ ਵੀ ਸਾਰੇ ਜਾਂ ਇਹਨਾਂ ਦਾ ਕੁਝ ਜੋੜ ਇੱਕ ਪਰਟੀਕੂਲਰ ਕੋਈ ਨੰਬਰ ਬਣ ਰਿਹਾ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਦਾ ਸਾਰਿਆਂ ਦਾ ਜੋੜ ਤੁਸੀਂ ਦੇਖੋ 15 ਚ 12 ਜੋੜੇ 27 18 ਚ 9 ਜੋੜੇ 27 4 ਚ 23 ਜੋੜੇ 27 5 ਚ 22 ਜੋੜੇ 27 18 ਚ 9 ਜੋੜੇ 27 ਇਹਨਾਂ ਸਾਰਿਆਂ ਦਾ ਜੋੜ ਕਿੰਨਾ ਬਣ ਰਿਹਾ ਹੈ 27 ਉਸੇ ਤਰ੍ਹਾਂ ਜਦੋਂ ਅਸੀਂ ਸਬਸਟੀਟਿਊਸ਼ਨ ਨੂੰ ਲਿਖਣਾ ਹੈ ਸਬਸਟੀਟਿਊਸ਼ਨ ਦਾ ਅਸੀਂ ਕੋਡ ਜਦੋਂ ਪਤਾ ਕਰਾਂਗੇ ਤਾਂ ਉਹਦਾ ਜਿਹੜਾ ਉੱਤਰ ਹੋਊਗਾ ਉਦੋਂ ਵੀ ਸਾਡਾ ਜੋੜ 27 ਬਣਨਾ ਚਾਹੀਦਾ ਹੈ ਤਾਂ ਪਹਿਲਾਂ ਅਸੀਂ ਸਬਸਟੀਟਿਊਸ਼ਨ ਦੇ ਸਾਰੇ ਕੋਡ ਲਿਖ ਦਿੰਦੇ ਹਾਂ ਤਾਂ ਅਸੀਂ ਸਬਸਟੀਟਿਊਸ਼ਨ ਵਿੱਚ ਲੈ ਜਿਹੜੇ ਸਾਰੇ ਆਪਣੇ ਕੋਲ ਲੈਟਰ ਸੀ ਸਾਰਿਆਂ ਆਪਾਂ ਇਹਨਾਂ ਦੇ ਕੋਡ ਲਿਖ ਦਿੱਤੇ ਕਿ ਕਿੰਨੇਵੇਂ ਨੰਬਰ ਤੇ ਆਉਂਦੇ ਹਨ ਤਾਂ ਸਾਨੂੰ ਪਤਾ ਹੈ ਕਿ ਜੋੜ ਕਰਕੇ 27 ਬਣਾ ਚਾਹੀਦਾ ਹੈ ਸਬਸਟੀਟਿਊਸ਼ਨ ਵਾਲੇ ਜਿਹੜੇ ਅੰਕ ਆ ਤੇ ਜਿਹੜਾ ਉੱਤਰ ਵਾਲੇ ਜਿਹੜੇ ਉੱਤਰ ਆਊਗਾ ਸਾਡਾ ਉਹਨਾਂ ਦਾ ਜਿਹੜਾ ਕੋਡ ਹੋਊਗਾ ਉਹਨਾਂ ਨੂੰ ਤਾਂ ਜੋੜ ਕਰਕੇ 27 ਬਣਾ ਚਾਹੀਦਾ ਤਾਂ 19 'ਚ ਕੀ ਜੋੜੀਏ ਕਿ 27 ਬਣੇ 8 ਜੋੜਾਂਗੇ 21 'ਚ ਅਸੀਂ 6 ਜੋੜਾਂਗੇ 2 'ਚ ਅਸੀਂ 25 ਜੋੜਾਂਗੇ 19 'ਚ 8 ਜੋੜਾਂਗੇ 20 'ਚ ਫਿਰ 7 ਜੋੜਾਂਗੇ 9 'ਚ 18 ਜੋੜਾਂਗੇ 27 ਬਣੋ 20 'ਚ 7 ਜੋੜਾਂਗੇ 21 'ਚ 6 20 'ਚ 7 9 'ਚ ਫਿਰ 18 10 'ਚ 17 ਤੇ 14 'ਚ 13 ਤਾਂ ਸਾਡਾ ਜਿਹੜਾ ਉੱਤਰ ਹੋਏਗਾ ਇਹਨਾਂ ਚਾਰਾਂ 'ਚੋਂ ਉਹਦੇ ਜਿਹੜੇ ਅਲਫਾਬੈਟ ਹੋਣਗੇ ਉਹਨਾਂ ਦੇ ਆਹ ਵਾਲਾ ਕੋਡ ਹੋਊਗਾ ਤਾਂ ਅਸੀਂ ਆਪਸ਼ਨ 'ਚ ਚੈੱਕ ਕਰ ਲੈਣੇ ਆ ਐਚ ਦਾ ਕੋਡ 8 ਹੁੰਦਾ ਠੀਕ ਹੈ ਐਫ ਦਾ 6 ਆ ਸਹੀ ਆ Y ਦਾ 25 ਆ ਸਹੀ ਆ H ਦਾ ਫਿਰ 8 ਆ ਸਹੀ ਆ ਆਪਾਂ ਦੇਖ ਸਕਦੇ ਹਾਂ G ਦਾ ਆਪਣੇ ਕੋਲ 7 ਆ ਠੀਕ ਐ R ਦਾ 18 ਹੁੰਦਾ ਕੋਡ G ਦਾ 7 ਆ F ਦਾ ਫਿਰ 6 ਆ ਫਿਰ G ਦਾ ਆਪਣੇ ਕੋਲ 7 ਆ R ਦਾ 18 L ਦਾ ਆਪਣੇ ਕੋਲ KL ਦਾ 17 ਹੁੰਦਾ L ਦਾ 17 ਨਹੀਂ ਹੁੰਦਾ ਸੋ A ਆਪਸ਼ਨ ਨਹੀਂ ਹੋ ਸਕਦਾ ਆਪਣਾ ਇੱਥੋਂ ਤੱਕ ਆਪਣਾ ਸਹੀ ਜਾ ਰਿਹਾ ਸੀ HFY ਸਿਰਫ ਐਲ ਕਰਕੇ ਪ੍ਰੋਬਲਮ ਆ ਗਈ ਐਚ ਐਫ ਐਚ ਵਾਈ ਜੀ ਆਰ ਜੀ ਐਫ ਜੀ ਆਰ ਇੱਥੋਂ ਤੱਕ ਤਾਂ ਇਹ ਵੀ ਉਸੇ ਤਰ੍ਹਾਂ ਸਹੀ ਜਾਏਗਾ ਆਪਸ਼ਨ ਏ ਤੇ ਆਪਸ਼ਨ ਬੀ ਵਿੱਚ ਇੱਕ ਮਿੰਟ ਆਪਾਂ ਫਰਕ ਦੇਖ ਲਈਏ ਹਾਂ ਇੱਥੇ ਇੱਕ ਥੋੜੀ ਅਸੀਂ ਗਲਤੀ ਕਰਤੀ ਉਹਦਾ ਕੋਡ ਅਸੀਂ ਸਾਡੇ ਕੋਲ 15 ਹੁੰਦਾ ਹੈ 10 ਨਹੀਂ ਹੁੰਦਾ ਸੋ 15 ਚ ਕੀ ਜੋੜੀ ਸਾਨੂੰ 27 ਮਿਲੇ ਇੱਥੇ 12 ਆਉਣਾ ਸੀ ਆ ਦੇਖੋ ਇਹਨਾਂ ਦਾ ਆਪਸ ਸਬੰਧ ਹੈ ਆਪਾਂ ਲਾਈਨ ਲਗਾ ਲੈਣੇ ਆ ਤਾਂ ਹੁਣ ਅਸੀਂ ਜਦੋਂ ਦੇਖਾਂਗੇ ਕਿ ਹਾਂ ਸਾਡਾ ਆਪਸ਼ਨ A ਚੈੱਕ ਕਰ ਰਹੇ ਸੀ L ਦਾ ਕੋਡ ਹਾਂ 12 ਹੁੰਦਾ ਹੈ ਤੇ M ਦਾ 13 ਹੁੰਦਾ ਹੈ ਸੋ A ਆਪਸ਼ਨ ਆ ਜਿਹੜਾ ਸਾਡਾ ਉਹ ਸਹੀ ਉੱਤਰ ਆਏਗਾ ਦੇਖੋ ਇਹ ਸਵਾਲ ਨੂੰ ਕਿਵੇਂ ਕੀਤਾ ਆਪਾਂ ਪਹਿਲਾਂ ਆਰਡਰ ਦੇ L I W V I ਇਹ ਦੋਵਾਂ ਦੇ ਤੁਸੀਂ ਕੋਡ ਲਿਖ ਲੈਣੇ ਆ ਸਾਰੇ ਅਲਫਾਬੈਟ ਦੇ ਫਿਰ ਇਹਨਾਂ 'ਚ ਆਪਾਂ ਸਬੰਧ ਦੇਖਣਾ ਹੁੰਦਾ ਕਈ ਵਾਰ ਤਾਂ ਇਹਦੇ 'ਚ ਕੁਝ ਜੋੜ ਕੇ ਆ ਮਿਲਿਆ ਹੁੰਦਾ ਸਾਰਿਆਂ 'ਚ ਇੱਕ ਇੱਕ ਜਾਂ ਦੋ ਦੋ ਜੋੜ ਕੇ ਕਈ ਵਾਰ ਇੱਕ ਇੱਕ ਦੋ ਦੋ ਘਟਾ ਕੇ ਕਈ ਵਾਰ ਜੋੜ ਕੇ ਇੱਧਰ ਉੱਧਰ ਵੀ ਲਾ ਦਿੰਦੇ ਆ ਤੇ ਕਈ ਵਾਰ ਫਿਰ ਇਹਨਾਂ ਦਾ ਕੁਝ ਜੋੜ ਜਿਹੜਾ ਹੁੰਦਾ ਇਹਨਾਂ ਦਾ ਉਹ ਇੱਕ ਖਾਸ ਨੰਬਰ ਬਣ ਰਿਹਾ ਹੁੰਦਾ ਤਾਂ ਆਪਾਂ ਦੇਖ ਸਕਦੇ ਹਾਂ ਸਾਰਵਾਰ ਜੋੜ 27 ਬਣ ਰਿਹਾ ਹੈ ਸੋ ਜਦੋਂ ਸਬਸਟੀਟਿਊਸ਼ਨ ਤੇ ਲਿਖੇ ਉਹਦਾ ਜਿਹਦੇ ਨਾਲ ਸੰਬੰਧ ਹੋਊਗਾ ਉਦੋਂ ਵੀ ਜਿਹੜਾ ਇਹਨਾਂ ਦੇ ਕੋਡਾਂ ਦਾ ਜਿਹੜਾ ਜੋੜ ਹੋਊਗਾ 27 ਬਣੂਗਾ ਤਾਂ ਅਸੀਂ ਦੇਖਿਆ 19 ਚ ਕੀ ਜੋੜੀਏ 27 ਬਣੇ 8 ਇਸੇ ਤਰ੍ਹਾਂ 21 ਚ ਕੀ ਜੋੜੀਏ 6 ਸਾਰਿਆਂ ਦੇ ਅਸੀਂ ਕੋਡ ਪ੍ਰਾਪਤ ਕਰ ਲਏ ਇਹ ਸਾਡੇ ਜਿਹੜਾ ਉੱਤਰ ਆਊਗਾ ਉਹਦੇ ਅਲਫਾਬੈਟ ਦੇ ਕੋਡ ਅੰਕ ਉਹਦੇ ਕੋਡ ਆ ਇਹ ਤਾਂ ਅਸੀਂ ਪਹਿਲੇ অপਸ਼ਨ ਨੂੰ ਚੈੱਕ ਕੀਤਾ ਉਦੇ ਸਾਰੇ ਕੋਡ ਆਪਣੇ ਇਸ ਨਾਲ ਮਿਲ ਰਹੇ ਆ ਸੋ ਇਹਦਾ ਮਤਲਬ ਆਪਣਾ ਜਿਹੜਾ ਆਪਸ਼ਨ A ਆ ਉਹ ਸਹੀ ਆ ਬਾਕੀ ਆਪਸ਼ਨਸ ਨੂੰ ਚੈੱਕ ਕਰਨ ਦੀ ਲੋੜ ਨਹੀਂ ਵੈਸੇ ਵੀ ਅਸੀਂ ਦੇਖ ਸਕਦੇ ਹਾਂ B ਤੇ C 'ਚ ਜਿਹੜੇ ਆਪਣੇ ਕੋਲ ਅਲਫਾਬੈਟ ਆ ਵੈਸੀ ਘੱਟ ਆ ਇਹਦੇ ਆਪਣੇ ਕੋਲ ਨੰਬਰ ਆਫ ਅਲਫਾਬੈਟ ਜ਼ਿਆਦਾ ਇਹਦੇ 'ਚ ਘੱਟ ਸੋ ਇਹਦਾ ਆਪਸ਼ਨ ਆਣਾ A ਫਿਰ 12ਵਾਂ ਸਵਾਲ ਆ ਸਾਡੇ ਕੋਲ ਇਫ ਇਨ ਅ ਸਰਟਨ ਕੋਡ ਐਲੀਮੋਨੀ ਇਜ਼ ਰਿਟਨ ਐਜ਼ YI L M N O A ਦੈਨ ਹਾਊ ਦਿਸ ਗਾਇਸ ਵਿਲ ਬੀ ਰਿਟਨ ਇਨ ਦਿਸ ਕੋਡ ਜੇਕਰ ਕਿਸੇ ਕੋਡ ਵਿੱਚ ਐਲੀ ਮਨੀ ਨੂੰ ਵਾਈ ਆਈ ਐਲ ਐਮ ਐਨ ਓ ਏ ਲਿਖਿਆ ਜਾਂਦਾ ਹੈ ਤਾਂ ਦਿਸ ਗਾਇਸ ਨੂੰ ਤਾਂ ਦਿਸ ਗਾਇਸ ਦਾ ਕੀ ਕੋਡ ਹੋਵੇਗਾ ਤਾਂ ਜਿਸ ਤਰ੍ਹਾਂ ਐਲੀ ਮਨੀ ਦਾ ਇਹਦੇ ਨਾਲ ਸੰਬੰਧ ਆ ਤਾਂ ਦਿਸ ਗਾਇਸ ਦਾ ਇਹਨਾਂ ਚਾਰ ਆਪਸ਼ਨ ਵਿੱਚੋਂ ਕਿਹਦੇ ਨਾਲ ਸੰਬੰਧ ਹੋਊਗਾ ਉਹ ਅਸੀਂ ਦੇਖਣਾ ਤਾਂ ਐਲੀ ਮਨੀ ਆਪਾਂ ਦੇਖਦੇ ਹਾਂ ਇਹਦਾ ਆਪਣੇ ਕੋਲ YIL MNOA ਨਾਲ ਸੰਬੰਧ ਹੈ ਇੱਥੇ ਆਪਾਂ ਦੋਨਾਂ ਵਿੱਚ ਦੇਖ ਰਹੇ ਹਾਂ ਕਿ ਜੋ ਜਿਹੜੇ ਅਲਫਾਬੈਟਸ ਉੱਪਰ ਯੂਜ਼ ਕੀਤੇ ਆ ਉਹੀ ਅਲਫਾਬੈਟ ਥੱਲੇ ਦੇਖੋ ਏ ਐਲ ਆਈ ਇੱਥੇ ਵੀ ਏ ਐਲ ਆਈ ਐਮ ਓ ਐਨ ਵਾਈ ਜਿਹੜੇ ਲੈਟਰ ਉੱਤੇ ਆ ਉਹੀ ਲੈਟਰ ਥੱਲੇ ਆ ਬਸ ਸਿਰਫ ਸ਼ਫਲ ਕੀਤੇ ਹੋਏ ਤਾਂ ਇੱਥੇ ਭਾਵੇਂ ਆਪਾਂ ਇਹਨਾਂ ਦੇ ਕੋਡ ਨਾ ਵੀ ਲਿਖੀਏ ਤਾਂ ਸਿੱਧਾ ਹੀ ਆਪਾਂ ਦੇਖ ਸਕਦੇ ਹਾਂ ਆਪਾਂ ਇਹ ਦੇਖਣਾ ਹੈ ਕਿ ਸ਼ਫਲ ਕਿਹੜੇ ਆਰਡਰ ਚ ਕੀਤੇ ਤਾਂ ਅਸੀਂ ਦੇਖੀਏ ਵੀ ਜਿਹੜਾ ਪਹਿਲੇ ਨੰਬਰ ਤੇ ਸੀ ਉਹ ਬਿਲਕੁਲ ਲਾਸਟ ਵਾਲੇ ਤੇ ਚਲਾ ਗਿਆ ਇਹ ਵਾਲਾ ਬਿਲਕੁਲ ਲਾਸਟ ਤੇ ਚਲਾ ਗਿਆ ਪਹਿਲੇ ਵਾਲਾ ਬਿਲਕੁਲ ਲਾਸਟ ਸੀ ਲਾਸਟ ਵਾਲਾ ਸੀ ਜਿਹੜਾ ਉਹ ਬਿਲਕੁਲ ਪਹਿਲੇ ਤੇ ਆ ਗਿਆ ਜਿਹੜਾ ਐਲ ਤੇ ਆਈ ਆ ਦੇਖੋ ਇਹ ਆਈ ਐਲ ਬਣ ਗਏ ਆ ਦੋਵੇਂ ਆਪਸ ਵਿੱਚ ਸਵਪਲ ਹੋ ਗਏ ਓ ਐਨ ਤੇ ਐਨ ਓ ਇਹ ਆਪਸ ਵਿੱਚ ਸਵਪਲ ਹੋਏ ਉਹ ਇਧਰ ਚਲਾ ਗਿਆ ਐਨ ਇੱਥੇ ਆ ਗਿਆ ਐਮ ਵਿਚਕਾਰ ਇਕੱਲਾ ਰਹਿ ਗਿਆ ਸੀ ਇਹਦੇ ਨਾਲ ਕੋਈ ਪੇਅਰ ਨਹੀਂ ਬਣਾ ਰਿਹਾ ਸੀ ਤਾਂ ਇਹ ਐਮ ਦੀ ਜਗ੍ਹਾ ਐਮ ਹੀ ਆ ਗਿਆ ਜੇ ਇੱਥੇ ਵੀ ਕਿਤੇ ਦੋ ਹੁੰਦੇ ਤਾਂ ਇਹਨਾਂ ਨੇ ਵੀ ਸ਼ਫਲ ਕਰ ਜਣਾ ਸੀ ਕਿਉਂਕਿ ਕੁੱਲ ਆਪਣੇ ਕੋਲ ਜਿਹੜੇ ਅਲਫਾਬੈਟ 7 ਸੀ ਨਾ ਜੇ ਕਿਤੇ 8 ਹੁੰਦੇ ਤਾਂ ਉਹਨਾਂ ਨੇ ਵੀ ਆਪਸ ਵਿੱਚ ਸ਼ਫਲ ਕਰ ਜਣਾ ਸੀ ਸੋ ਪਹਿਲੇ ਵਾਲਾ ਆਖਿਰ ਤੇ ਜਾਏਗਾ ਆਖਿਰ ਵਾਲਾ ਪਹਿਲੇ ਤੇ ਇਸ ਤੋਂ ਬਾਅਦ ਆਪਦੀ ਜਗ੍ਹਾ ਇਹ ਅੱਗੇ ਪਿੱਛੇ ਇੰਟਰਚੇਂਜ ਕਰ ਲੈਣਗੇ ਸ਼ਫਲ ਕਰ ਲੈਣਗੇ ਤੇ ਇਹੀ ਕੰਮ ਹੁਣ ਆਪਾਂ ਡਿਸਗਾਈਜ਼ ਨਾਲ ਕਰਾਂਗੇ ਡਿਸਗਾਈਜ਼ ਸਾਨੂੰ ਪਤਾ ਪਹਿਲੇ ਵਾਲਾ ਲਾਸਟ ਤੇ ਭੇਜਣਾ ਸੀ ਪਹਿਲੇ ਵਾਲਾ ਭੇਜੋ ਲਾਸਟ ਤੇ ਡੀ ਇੱਥੇ ਆ ਜਾਏਗਾ ਆਖਰ ਵਾਲਾ ਭੇਜਣਾ ਪਹਿਲੇ ਤੇ ਇਹ ਇੱਥੇ ਆ ਜਾਏਗਾ ਆਈ ਐਸ ਅਸੀਂ ਦੇਖਿਆ ਸੀ ਇੰਟਰਚੇਂਜ ਕਰਨਗੇ ਐਸ ਆਈ ਬਣ ਜਾਊਗਾ ਆਈ ਇੱਥੇ ਚਲਾ ਗਿਆ ਐਸ ਇੱਥੇ ਆ ਗਿਆ ਇਸੇ ਤਰ੍ਹਾਂ ਪਿਛਲੇ ਆਈ ਐਸ ਵੀ ਇੰਟਰਚੇਂਜ ਕਰਨਗੇ ਆਈ ਇੱਥੇ ਆਏਗਾ ਐਸ ਇੱਥੇ ਆਏਗਾ ਜਿਹੜੇ ਇਸ ਵਾਰ ਵਿਚਕਾਰ ਦੋ ਆ ਉਸ ਵਾਰ ਵਿਚਕਾਰ ਐਮ ਹੀ ਰਹਿ ਗਿਆ ਸੀ ਕੱਲਾ ਪਹਿਲੇ ਜੋ ਹੁਣ ਦੋ ਆ ਤਾਂ ਇਹ ਵੀ ਸ਼ਫਲ ਕਰਨਗੇ ਜੀ ਇੱਥੇ ਆਏਗਾ ਤੇ ਯੂ ਆਪਣਾ ਇੱਥੇ ਆਏ ਸੋ ਆ ਆਪਣਾ ਕਰੈਕਟ ਆਪਸ਼ਨ ਬਣੇਗਾ ਆਪਾਂ ਦੇਖ ਲੈਨੇ ਆ ਕਿਹੜਾ ਆਪਸ਼ਨ ਆ E S I U G S ਇੱਥੇ ਤਾਂ D I ਆਪਣਾ ਆਈਡੀ ਆ G S ID C ਆਪਸ਼ਨ ਆਪਣਾ ਕਰੈਕਟ ਬਣਿਆ ਸੋ ਭਾਵੇਂ ਇੱਥੇ ਆਪਾਂ ਜੇ ਕੋਡ ਵੀ ਲਿਖ ਲੈਂਦੇ ਤਾਂ ਵੀ ਆਪਾਂ ਉਸੇ ਤਰ੍ਹਾਂ ਹੀ ਇਹਨਾਂ ਦਾ ਦੇਖਣਾ ਸੀ ਸੰਬੰਧ ਕੀ ਆਪਸ ਵਿੱਚ ਪਰ ਆਪਾਂ ਇੱਥੇ ਦੇਖ ਲਿਆ ਵੀ ਜੋ ਲੈਟਰ ਇੱਥੇ ਯੂਜ਼ ਹੋਏ ਆ ਉਹੀ ਲੈਟਰ ਇੱਥੇ ਯੂਜ਼ ਹੋਏ ਆ ਸੋ ਸਿਰਫ ਆਰਡਰ ਹੀ ਸ਼ਫਲ ਕੀਤਾ ਇਹਨਾਂ ਦਾ ਕੋਈ ਉਸ ਤਰ੍ਹਾਂ ਜੋੜ ਘਟਾਇਆ ਨਹੀਂ ਹੈ ਜਿਵੇਂ ਪਿਛਲੇ ਚ ਆਪਾਂ ਦੇਖਿਆ ਸੀ ਜੋੜ 27 ਬਣਦਾ ਸੀ ਤਾਂ ਉਸ ਤਰ੍ਹਾਂ ਨਹੀਂ ਸੀ ਔਰ ਵੀ ਨਹੀਂ ਕੋਈ ਜੋੜਨਾ ਸੀ ਸਿਰਫ ਅੱਗੇ ਪਿੱਛੇ ਕਰਨਾ ਸੀ ਕਿਹੜੇ ਆਰਡਰ ਚ ਸ਼ਫਲ ਕੀਤਾ ਉਹ ਅਸੀਂ ਦੇਖਣਾ ਸੀ ਤਾਂ ਪਹਿਲੇ ਵਾਲਾ ਲਾਸਟ ਤੇ ਚਲਾ ਗਿਆ ਲਾਸਟ ਵਾਲਾ ਪਹਿਲੇ ਤੇ ਫਿਰ ਇੰਟਰਚੇਂਜ ਹੋ ਗਏ ਤਾਂ ਇਸ ਤਰ੍ਹਾਂ ਇਹ ਸ਼ਫਲ ਕਰਾ ਸਕਦੇ ਹੁੰਦੇ ਆ ਕਈ ਵਾਰ ਹਾਫ ਵੇਚ ਵੀ ਸ਼ਫਲਿੰਗ ਹੁੰਦੀ ਹੈ ਕਿ ਪਹਿਲੇ ਤਿੰਨ ਆਪਸ ਚ ਇੰਟਰਚੇਂਜ ਕਰ ਜਾਂਦੇ ਆ ਲਾਸਟ ਵਾਲੇ ਤੇ ਨਾਲ ਆਪਸ ਚ ਇੰਟਰਚੇਂਜ ਕਰ ਜਾਂਦੇ ਆ ਤੇ ਵਿਚਕਾਰ ਲਾ ਹੋਵੇਂ ਰਹਿ ਜਾਂਦਾ ਸੋ ਸ਼ਫਲਿੰਗ ਅਲੱਗ-ਅਲੱਗ ਤਰੀਕੇ ਦੀ ਹੋ ਸਕਦੀ ਹੈ ਆਪਾਂ ਨੂੰ ਦੇਖਣਾ ਪੈਂਦਾ ਕਿ ਸ਼ਫਲਿੰਗ ਕਿਸ ਤਰੀਕੇ ਨਾਲ ਹੋਈ ਹੈ ਨੈਕਸਟ ਦੇ ਸਾਡੇ ਕੋਲ ਗੌਰਵ ਸਟਾਰਟਡ ਵਾਕਿੰਗ ਵੈਸਟ ਹੀ ਟਰਨਡ ਰਾਈਟ ਦੈਨ ਰਾਈਟ ਅਗੇਨ ਐਂਡ ਫਾਈਨਲੀ ਟਰਨਡ ਲੈਫਟ ਟੁਵਰਡਸ ਵਿਚ ਡਾਇਰੈਕਸ਼ਨ ਵਾਸ ਹੀ ਵਾਕਿੰਗ ਨਾਓ ਗੌਰਵ ਨੇ ਪੱਛਮ ਵੱਲ ਤੁਰਨਾ ਸ਼ੁਰੂ ਕੀਤਾ ਉਹ ਪਹਿਲਾਂ ਸੱਜੇ ਮੁੜਿਆ ਫਿਰ ਦੁਬਾਰਾ ਸੱਜੇ ਮੁੜਿਆ ਅਤੇ ਅਖੀਰ ਵਿੱਚ ਖੱਬੇ ਮੁੜਿਆ ਹੁਣ ਉਹ ਕਿਸ ਦਿਸ਼ਾ ਵੱਲ ਤੁਰ ਰਿਹਾ ਹੈ ਤਾਂ ਜਿਹੜੇ ਡਾਇਰੈਕਸ਼ਨ ਵੱਲ ਜਾਂ ਡਾਇਰੈਕਸ਼ਨ ਵਾਲੇ ਜਾਂ ਦਿਸ਼ਾ ਵਾਲੇ ਕੁਸ਼ਚਨ ਹੁੰਦੇ ਆ ਉਹ ਚ ਤੁਸੀਂ ਪਹਿਲਾਂ ਇਸ ਤਰ੍ਹਾਂ ਨਾਰਥ ਸਾਊਥ ਈਸਟ ਤੇ ਵੈਸਟ ਇਸ ਤਰ੍ਹਾਂ ਲਿਖ ਲੈਣਾ ਹੁੰਦਾ ਹੈ ਨਾਰਥ ਭਾ ਪੱਤਰ ਆਪਣਾ ਹੋ ਗਿਆ ਇੱਧਰ ਇੱਧਰ ਹੋ ਗਿਆ ਆਪਣਾ ਦੱਖਣ ਇੱਧਰ ਹੋ ਗਿਆ ਪੂਰਬ ਇੱਧਰ ਹੋ ਗਿਆ ਪੱਛਮ ਇਸ ਤਰ੍ਹਾਂ ਆਪਾਂ ਲਿਖ ਲੈਣਾ ਭਾਈ ਤੇ ਅਸੀਂ ਇੱਥੋਂ ਆਪਾਂ ਸਵਾਲ ਜਿਹੜਾ ਸਟਾਰਟ ਕਰਨਾ ਹੁੰਦਾ ਹੈ ਇੱਥੇ ਜਾ ਕੇ ਆਪਾਂ ਦੇਖਦੇ ਹਾਂ ਇੱਥੋਂ ਸਟਾਰਟ ਕਰਦੇ ਹਾਂ ਗੌਰਵ ਨੇ ਇੱਥੋਂ ਤੁਰਨਾ ਆਪਾਂ ਮੰਨਾਂਗੇ ਸਟਾਰਟ ਕੀਤਾ ਤਾਂ ਗੌਰਵ ਨੇ ਪੱਛਮ ਵੱਲ ਤੁਰਨਾ ਸ਼ੁਰੂ ਕੀਤਾ ਗੌਰਵ ਸਟਾਰਟਡ ਵਾਕਿੰਗ ਵੈਸਟ ਤਾਂ ਇੱਥੋਂ ਆਪਾਂ ਪੱਛਮ ਵੱਲ ਅਗਰ ਪੱਛਮ ਵੱਲ ਚਲਾਗੇ ਉਹ ਪਹਿਲਾਂ ਸੱਜੇ ਮੁੜਿਆ ਹੁਣ ਇੱਥੇ ਸੱਜੇ ਮੁੜਨਾ ਹੈ ਹੁਣ ਸੱਜੇ ਬਹੁਤ ਧਿਆਨ ਨਾਲ ਮੁੜਨਾ ਦੇਖੋ ਗੌਰਵ ਦਾ ਮੂੰਹ ਇਸ ਦਿਸ਼ਾ ਵੱਲ ਹੈ ਪੱਛਮ ਵੱਲ ਹੈ ਤਾਂ ਗੌਰਵ ਦਾ ਮੂੰਹ ਇਸ ਦਿਸ਼ਾ ਵੱਲ ਹੈ ਤਾਂ ਆਹ ਉਹਦਾ ਖੱਬਾ ਹੋਊਗਾ ਤੇ ਇੱਧਰ ਉਹਦਾ ਸੱਜਾ ਹੋਊਗਾ ਇੱਥੇ ਸਪੋਜ਼ ਕਰਕੇ ਦੇਖੋ ਗੌਰਵ ਦਾ ਮੂੰਹ ਇਸ ਦਿਸ਼ਾ ਵੱਲ ਹੈ ਤਾਂ ਆਹ ਵਾਲਾ ਪਾਸਾ ਉਹਦਾ ਸੱਜਾ ਹੋਊਗਾ ਤਾਂ ਪਹਿਲਾਂ ਉਹ ਸੱਜੇ ਮੁੜਿਆ ਹੀ ਟਰਨ ਰਾਈਟ ਦੈਨ ਰਾਈਟ ਅਗੇਨ ਫਿਰ ਦੁਬਾਰਾ ਸੱਜੇ ਮੁੜਿਆ ਹੁਣ ਆਪਾਂ ਦੇਖਦੇ ਹਾਂ ਗੌਰਵ ਦਾ ਮੂੰਹ ਇਸ ਪਾਸੇ ਹੈ ਤਾਂ ਇੱਧਰ ਲਾਉ ਦਾ ਸੱਜਾ ਹੋਊਗਾ ਤਾਂ ਫਿਰ ਇੱਧਰ ਨੂੰ ਮੁੜਿਆ ਉਹ ਅਤੇ ਅਖੀਰ ਵਿੱਚ ਖੱਬੇ ਮੁੜਿਆ ਕੁਝ ਜਾ ਕੇ ਦੂਰੀ ਦੇ ਹੁਣ ਉਹ ਖੱਬੇ ਮੁੜਿਆ ਫਾਈਨਲੀ ਟਰਨ ਲੈਫਟ ਹੁਣ ਆਪਾਂ ਦੇਖਦੇ ਹਾਂ ਗੌਰਵ ਦਾ ਮੂੰਹ ਇਸ ਦਿਸ਼ਾ ਵੱਲ ਹੈ ਤਾਂ ਆ ਉਹਦਾ ਖੱਬਾ ਹੋਊਗਾ ਇੱਧਰ ਨੂੰ ਸੱਜਾ ਹੋਊਗਾ ਥੋੜਾ ਸਪੋਜ਼ ਕਰਕੇ ਦੇਖੋਗੇ ਮੰਨ ਲਓ ਗੌਰਵ ਹੋ ਤੁਸੀਂ ਤੁਸੀਂ ਇਸ ਦਿਸ਼ਾ ਵੱਲ ਝਾਕ ਰਹੇ ਹੋ ਤਾਂ ਇਹ ਤੁਹਾਡਾ ਖੱਬਾ ਹੈ ਖੱਬਾ ਪਾਸਾ ਹੋਊਗਾ ਇਹ ਸੱਜਾ ਪਾਸਾ ਹੋਊਗਾ ਤਾਂ ਲਾਸਟ ਵਿੱਚ ਉਹ ਖੱਬੇ ਮੁੜਿਆ ਹੁਣ ਉਹ ਕਿਸ ਦਿਸ਼ਾ ਵੱਲ ਤੁਰ ਰਿਹਾ ਹੈ ਤਾਂ ਅਸੀਂ ਦੇਖ ਸਕਦੇ ਹਾਂ ਹੁਣ ਉੱਤਰ ਵੱਲ ਤੁਰ ਰਿਹਾ ਹੈ ਨਾਉ ਹੀ ਇਜ਼ ਵਾਕਿੰਗ ਟੁਵਰਡਸ ਨਾਰਥ ਤਾਂ ਸੌਖਾ ਸਵਾਲ ਸੀ ਦੁਬਾਰਾ ਦੇਖਦੇ ਹਾਂ ਪਹਿਲਾਂ ਉਹ ਪੱਛਮ ਵੱਲ ਤੁਰਿਆ ਵੈਸਟ ਵੱਲ ਫਿਰ ਉਹ ਸੱਜੇ ਸੱਜੇ ਖੱਬੇ 'ਚ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਇੱਥੋਂ ਮੂੰਹ ਉਹਦਾ ਇਧਰ ਨੂੰ ਆ ਤਾਂ ਸੱਜੇ ਉਹਦਾ ਇਧਰ ਨੂੰ ਬਣ ਗਿਆ ਫਿਰ ਸੱਜੇ ਮੁੜਿਆ ਇਸ ਤਰ੍ਹਾਂ ਫੇਰ ਖੱਬੇ ਮੁੜਿਆ ਫੇਰ ਉਹ ਫਾਈਨਲੀ ਇਧਰ ਨੂੰ ਗਿਆ ਤਾਂ ਹੁਣ ਉਹ ਕਿਸ ਦਿਸ਼ਾ ਵਿੱਚ ਹੈ ਨਾਰਥ ਵਿੱਚ ਉੱਤਰ ਵਿੱਚ ਆਪਸ਼ਨ A ਆ ਜਾਏਗਾ ਇਸ ਦਾ ਨਾਰਥ ਭਾਵ ਉੱਤਰ ਫਿਰ ਅਸੀਂ ਅਗਲੇ ਸਵਾਲ ਤੇ ਆਉਣੇ ਹਾਂ 14ਵੇਂ ਦੇ Y ਇਸ ਇਨ ਦਾ ਈਸਟ ਆਫ X which is in the north of Z if P is in the south of Z then in which direction of Y is P Y X ਦੇ ਪੂਰਬ ਵਿੱਚ ਹੈ ਜੋ ਕਿ Z ਦੇ ਉੱਤਰ ਵਿੱਚ ਹੈ ਜੇਕਰ P Z ਦੇ ਦੱਖਣ ਵੱਲ ਹੈ ਤਾਂ P Y ਦੀ ਕਿਸ ਦਿਸ਼ਾ ਵਿੱਚ ਤਾਂ ਫਿਰ ਆਪਣੇ ਕੋਲ ਡਾਇਰੈਕਸ਼ਨ ਵਾਲਾ ਜਿਹੜਾ ਸਵਾਲ ਹੈ ਉਸੇ ਤਰ੍ਹਾਂ ਲਿਖ ਲਾਂਗੇ ਨਾਰਥ ਉੱਤਰ ਸਾਊਥ ਯਾਨੀ ਕਿ ਦੱਖਣ ਇਧਰ ਆਪਾਂ ਈਸਟ ਪੂਰਬ ਤੇ ਵੈਸਟ ਅੱਛਾ ਇਸ ਤਰ੍ਹਾਂ ਲਿਖ ਲੈਣਾ ਪਹਿਲਾਂ ਤਾਂ ਹੁਣ ਅਸੀਂ ਦੇਖੀਏ ਸਭ ਤੋਂ ਪਹਿਲਾਂ ਕੀ ਕਹਿੰਦੇ ਜਿਹੜਾ Y ਆ ਉਹ X ਦੇ ਪੂਰਬ ਵਿੱਚ ਹੈ x ਦੇ ਪੂਰਬ ਵਿੱਚ ਹੈ y ਤਾਂ ਮੰਨ ਲਓ ਜੇ x ਇੱਥੇ ਆ ਆ ਆਪਣਾ x ਹੈ ਤਾਂ y ਉਸ ਦੇ ਪੂਰਬ ਵਿੱਚ ਹੈ ਉਸ ਦੀ ਪੂਰਬ ਦੀ ਦਿਸ਼ਾ ਵੱਲ ਹੈ ਤਾਂ y ਇੱਥੇ ਹੋਏਗਾ y ਆ ਜਿਹੜਾ x ਦੇ ਪੂਰਬ ਵਿੱਚ ਹੈ x ਵੱਲੋਂ ਜਿਹੜੀ ਪੂਰਬ ਵੱਲ ਦਿਸ਼ਾ ਜਾ ਰਹੀ ਹੈ y ਉੱਥੇ ਹੈ y x ਦੇ ਪੂਰਬ ਵਿੱਚ ਹੈ ਜੋ ਕਿ z ਦੇ ਉੱਤਰ ਵਿੱਚ ਹੈ ਜੋ ਕਿ ਇਹ ਕਿਤੇ ਲਈ ਯੂਜ਼ ਹੋਇਆ ਕਿਤੇ ਲਈ ਵਰਤਿਆ ਗਿਆ ਹੈ x ਲਈ y x ਦੇ ਪੂਰਵ ਵਿੱਚ ਹੈ ਜੋ ਕਿ z ਦੇ ਉੱਤਰ ਵਿੱਚ ਹੈ x ਆਪਣਾ z ਦੇ ਉੱਤਰ ਵਿੱਚ ਹੈ x z ਦੇ ਉੱਤਰ ਵਿੱਚ ਹੈ ਤਾਂ z ਇੱਥੇ ਹੋਏਗਾ ਤਾਂ ਹੀ z ਦੇ ਉੱਤਰ ਵੱਲ ਦਿਸ਼ਾ ਵਾਲ x ਆਏਗਾ ਜੋ ਕਿ ਜੋ ਕਿ ਐਕਸਲੀ ਯੂਜ਼ ਹੋਇਆ ਐਕਸਲੀ ਵਰਤਿਆ ਗਿਆ ਜੋ ਕਿ z ਦੇ ਉੱਤਰ ਵਿੱਚ ਹੈ ਤਾਂ z ਦੇ ਉੱਤਰ ਵਿੱਚ ਆਪਾਂ x ਲੈ ਆਉਣਾ ਤਾਂ z ਨੂੰ ਇੱਥੇ ਆਉਣਾ ਪੈਣਾ ਹੁਣ ਅੱਗੇ ਦੇਖਦੇ ਹਾਂ ਜੇਕਰ p z ਦੇ ਦੱਖਣ ਵੱਲ ਹੈ ਪੀ ਜੈਡ ਦੇ ਦੱਖਣ ਵਾਲਾ ਜੈਡ ਦੀ ਜਿਹੜੀ ਦੱਖਣ ਵਾਲੀ ਦਿਸ਼ਾ ਇੱਧਰ ਆ ਤਾਂ ਪੀ ਇੱਥੇ ਹੋਊਗਾ ਕਿਤੇ ਇਹ ਤਾਂ ਆਪਣੇ ਅੱਡ ਵੈਸੀ ਡਾਇਰੈਕਸ਼ਨ ਲਿਖੀਆਂ ਹੋਈਆਂ ਮੈਂ ਆਪਣੇ x y z ਆਪਾਂ x y z p ਸਾਰੇ ਬਿਠਾ ਦਿੱਤੇ ਸਭ ਤੋਂ ਪਹਿਲਾਂ ਆਪਾਂ ਦੇਖਿਆ ਕਿ y x ਦੇ ਪੂਰਬ ਸੀ ਠੀਕ ਹੈ ਜੋ ਕਿ ਜੜ ਦੇ ਉੱਤਰ ਵਿੱਚ ਹੈ x z ਦੇ ਉੱਤਰ ਵਿੱਚ ਹੈ ਤਾਂ ਜੜ ਨੂੰ ਇੱਥੇ ਆਣਾ ਪੈਣਾ ਫੇਰ ਹੀ x z ਦੇ ਉੱਤਰ ਚ ਜਾਏਗਾ ਫਿਰ ਅਸੀਂ ਦੇਖਿਆ ਕਿ ਪੀ ਜੜ ਦੇ ਦੱਖਣ ਵੱਲ ਹੈ ਪੀ ਨੂੰ ਜੜ ਦੇ ਦੱਖਣ ਵੱਲ ਕਰਤਾ ਤਾਂ ਪੀ ਵਾਈ ਦੀ ਕਿਹੜੀ ਦਿਸ਼ਾ ਵਿੱਚ ਹੈ ਹੁਣ ਸਿਰਫ ਇਹ ਸਿਰਫ ਪੀ ਤੇ ਵਾਈ ਨੂੰ ਦੇਖਣਾ ਹੈ ਇੱਥੇ ਵਾਈ ਸੀ ਸਾਡਾ ਵਾਈ ਤੇ ਪੀ ਦਾ ਹੁਣ ਸਬੰਧ ਦੇਖਣਾ ਹੈ ਜਿਹੜਾ ਪੀ ਆ ਉਹ ਵਾਈ ਦੀ ਕਿਸ ਕਿਸ ਦਿਸ਼ਾ ਵਿੱਚ ਹੈ ਤਾਂ ਅਸੀਂ ਦੇਖ ਸਕਦੇ ਹਾਂ ਇੱਧਰ ਨਾਰਥ ਹੈ ਇੱਧਰ ਸਾਊਥ ਈਸਟ ਤੇ ਵੈਸਟ ਆ ਆਪਣਾ ਵਾਈ ਆ ਵਾਈ ਦੇ ਵਿਦ ਰਿਸਪੈਕਟ ਟੂ ਆਪਾਂ ਦੇਖਣਾ ਵੀ ਪੀ ਕਿਹੜੀ ਦਿਸ਼ਾ 'ਚ ਤਾਂ ਇੱਥੋਂ ਇਹ ਜੇ ਤਾਂ ਇੱਥੇ ਹੁੰਦਾ ਤਾਂ ਆਪਾਂ ਕਹਿੰਦੇ ਦੱਖਣ ਵੱਲ ਹੈ ਜੇ ਇੱਥੇ ਹੁੰਦਾ ਆਪਣਾ ਜੈਡ ਆਪਣਾ ਪੀ ਫਿਰ ਆਪਾਂ ਕਹਿੰਦੇ ਪੱਛਮ ਵੱਲ ਹੈ ਤਾਂ ਪਰ ਇਹ ਦੋਵਾਂ ਦੇ ਵਿਚਾਲੇ ਨਾ ਤਾਂ ਪੀ ਬਿਲਕੁਲ ਦੱਖਣ ਵੱਲ ਹੈ ਤੇ ਨਾ ਹੀ ਪੱਛਮ ਵੱਲ ਹੈ ਦੱਖਣ ਤੇ ਪੱਛਮ ਦੇ ਵਿਚਕਾਰ ਇਧਰ ਵਾਲੀ ਦਿਸ਼ਾ ਆ ਨਾਰਥ ਹੁੰਦੀ ਆ ਆ ਸਾਊਥ ਆ ਈਸਟ ਆ ਵੈਸਟ ਵੈਸਟ ਤੇ ਸਾਊਥ ਦੇ ਵਿਚਕਾਰ ਹੈ ਪੱਛਮ ਤੇ ਦੱਖਣ ਦੇ ਵਿਚਕਾਰ ਪੱਛਮ ਤੇ ਦੱਖਣ ਦੇ ਵਿਚਕਾਰ ਯਾਨੀ ਕਿ ਕੀ ਹੋ ਗਿਆ ਆਪਣੇ ਕੋਲ ਦੱਖਣ ਪੱਛਮ ਜੈਡ ਜਿਹੜਾ ਪੀ ਆ ਉਹ ਵਾਈ ਦੀ ਕਿਸ ਕਿਸ ਦਿਸ਼ਾ ਵਿੱਚ ਹੈ ਦੱਖਣ ਪੱਛਮ ਤਾਂ ਇਸ ਦਾ ਸਹੀ ਉੱਤਰ ਆਏਗਾ ਜਿਹੜਾ ਆਪਣਾ ਸਾਊਥ ਵੈਸਟ ਦੱਖਣ ਪੱਛਮ ਸੋ ਸਭ ਤੋਂ ਪਹਿਲਾਂ ਆਪਾਂ ਇਹ ਪਲੋਟ ਕਰਨੇ ਸੀ ਕਿ ਕਿੱਥੇ ਕਿੱਥੇ ਇਹਨਾਂ ਦੀ ਪੋਜੀਸ਼ਨ ਆਊਗੀ ਫਿਰ ਆਪਾਂ ਦੇਖਣਾ ਸੀ ਪੀ ਬਾਰੇ ਦੱਸਣਾ ਸੀ ਪੀ ਆ ਜਿਹੜਾ ਉਹ ਵਾਈ ਦੀ ਕਿਸ ਦਿਸ਼ਾ ਵਿੱਚ ਹੈ y ਦੀ ਕਿਸ ਦਿਸ਼ਾ ਵਿੱਚ ਹੈ y ਦੇ ਵਿਦ ਰਿਸਪੈਕਟ ਟੂ ਦੇਖਣਾ ਇੱਥੇ ਦੁਬਾਰਾ ਡਾਇਰੈਕਸ਼ਨ ਬਣਾ ਸਕਦੇ ਹਾਂ ਨਾਰਥ ਸਾਊਥ ਈਸਟ ਵੈਸਟ ਤਾਂ p ਕਿਹੜੀ ਦਿਸ਼ਾ 'ਚ ਬਣਿਆ ਇਧਰ ਵੈਸਟ ਸੀ ਆਪਣਾ ਇਧਰ ਸਾਊਥ ਸੀ ਆਪਣਾ ਤੇ ਇਧਰ ਵੈਸਟ ਸਾਊਥ ਤੇ ਵੈਸਟ ਦੇ ਵਿਚਕਾਰ ਆ ਗਿਆ ਨਾ ਸੋ ਸਾਊਥ-ਵੈਸਟ ਦੱਖਣ ਪੱਛਮ ਇਹਦਾ ਆਨਸਰ ਆਏਗਾ ਦੱਖਣ ਪੱਛਮ ਹੁਣ ਮੈਂਟਲ ਅਬਿਲਿਟੀ ਦਾ ਆਖਰੀ ਸਵਾਲ ਆਪਣੇ ਕੋਲ 15ਵਾਂ ਵਾਂਸ਼ ਟਰੈਵਲਸ 3 ਕਿਲੋਮੀਟਰ ਇਨ ਦਾ ਈਸਟ and turns to south and moves 4 km how far is he from the starting point ਵੰਸ਼ ਪਹਿਲਾਂ 3 ਕਿਲੋਮੀਟਰ ਪੂਰਬ ਵੱਲ ਜਾਂਦਾ ਫਿਰ ਦੱਖਣ ਵੱਲ ਮੁੜਦਾ ਤੇ 4 ਕਿਲੋਮੀਟਰ ਤੁਰਦਾ ਉਹ ਮੂਲ ਬਿੰਦੂ ਤੋਂ ਕਿੰਨਾ ਦੂਰ ਹੈ ਤਾਂ ਫਿਰ ਡਾਇਰੈਕਸ਼ਨ ਵਾਲਾ ਸਵਾਲ ਹੈ ਆਪਾਂ ਉਸੇ ਤਰ੍ਹਾਂ ਨਾਰਥ ਸਾਊਥ ਈਸਟ ਯਾਨੀ ਕਿ ਪੂਰਬ ਤੇ ਵੈਸਟ ਪੱਛਮ ਇਸ ਤਰ੍ਹਾਂ ਪਹਿਲਾਂ ਡਾਇਰੈਕਸ਼ਨ ਬਣਾ ਲੈਣੀਆਂ ਹਨ ਹੁਣ ਆਪਾਂ ਦੇਖਦੇ ਹਾਂ ਵੰਸ਼ ਕਿੱਥੇ-ਕਿੱਥੇ ਜਾ ਰਿਹਾ ਸਭ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਕਿ ਵਾਂਸ਼ ਸ਼ ਪਹਿਲਾਂ 3 ਕਿਲੋਮੀਟਰ ਪੂਰਬ ਵੱਲ ਜਾਂਦਾ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਇੱਥੋਂ ਸਟਾਰਟ ਕਰਦੇ ਹੁੰਨੇ ਆ ਜਦੋਂ ਵੀ ਕੋਈ ਚੱਲਣਾ ਸ਼ੁਰੂ ਕਰਦਾ। ਪਹਿਲਾਂ ਉਹ 3 ਕਿਲੋਮੀਟਰ ਜਾਂਦਾ ਪੂਰਬ ਵੱਲ, ਈਸਟ ਵੱਲ। ਇੱਥੋਂ ਚਲਾ ਗਿਆ ਉਹ 3 ਕਿਲੋਮੀਟਰ। ਫਿਰ ਅਸੀਂ ਕੀ ਦੇਖਿਆ? ਉਹ ਦੱਖਣ ਵੱਲ ਮੁੜਦਾ ਹੈ। ਇੱਥੋਂ ਮੁੜੇਗਾ ਦੱਖਣ ਵੱਲ। ਇੱਥੇ ਪਹੁੰਚ ਗਿਆ ਵਾਂਸ਼ ਹੁਣ ਉਹ ਦੱਖਣ ਵੱਲ ਮੁੜਦਾ ਹੈ ਤੇ 4 ਕਿਲੋਮੀਟਰ ਤੁਰਦਾ ਹੈ। ਇਧਰ ਨੂੰ ਕਿੰਨਾ ਜਾਂਦਾ ਉਹ 4 ਕਿਲੋਮੀਟਰ। ਪਹਿਲਾਂ ਪੂਰਬ ਵੱਲ 3 ਕਿਲੋਮੀਟਰ ਫਿਰ ਉਹ ਦੱਖਣ ਵੱਲ ਮੁੜਦਾ ਹੈ ਤੇ 4 ਕਿਲੋਮੀਟਰ ਜਾਂਦਾ। ਉਹ ਮੂਲ ਬਿੰਦੂ ਤੋਂ ਕਿੰਨਾ ਦੂਰ ਹੈ? ਸਟਾਰਟਿੰਗ ਪੁਆਇੰਟ ਤੋਂ ਜਿੱਥੋਂ ਉਹ ਤੁਰਿਆ ਸੀ ਹੁਣ ਉਹਦੀ ਦੂਰੀ ਕਿੰਨੀ ਹੈ ਜਿੱਥੇ ਹੁਣ ਉਹ ਪਹੁੰਚ ਚੁੱਕਾ ਤੇ ਜਿੱਥੋਂ ਉਹ ਤੁਰਿਆ ਸੀ। ਆਹ ਦੂਰੀ ਅਸੀਂ ਪਤਾ ਕਰਨੀ। ਤਾਂ ਆਪਣੇ ਕੋਲ ਦੇਖੋ ਇਹ ਇੱਕ ਹੁਣ ਰਾਈਟ ਐਂਗਲ ਟ੍ਰਾਇੰਗਲ ਬਣ ਗਈ ਆ। ਸਮ ਕੋਣੀ ਤਿਰਪੁਜ। ਤੇ ਇਹਦੇ 'ਚ ਅਸੀਂ ਪਾਈਥਾਗੋਰਸ ਥੀਰਮ ਲਗਾਵਾਂਗੇ। ਆਹ ਦੇਖੋ ਜੇ ਇਹ ਕਰਨ ਹੁੰਦਾ ਪਾਈਥਾਗੋਰਸ ਥਿਊਰਮ ਕਹਿੰਦੀ ਆਪਾਂ ਨੂੰ ਵੀ ਜਿਹੜੀ ਕਰਨ ਦੀ ਦੋ ਆ ਬਰਾਬਰ ਆਧਾਰ ਦੀ ਦੋ ਪਲੱਸ ਲੰਬ ਦੀ ਦੋ ਇੰਗਲਿਸ਼ ਵਿੱਚ ਆਪਾਂ ਗੱਲ ਕਰੀਏ ਤਾਂ ਹਾਈਪੋਟੈਨਿਊਸ ਸਕੁਅਰ ਇਕਵਲ ਟੂ ਬੇਸ ਸਕੁਅਰ ਪਲੱਸ ਪਰਪੈਂਡੀਕੂਲਰ ਸਕੁਅਰ ਤਾਂ ਆਧਾਰ ਲੰਬ ਇਹਨਾਂ ਚੋਂ ਆਪਣੇ ਕੋਲ ਜਿੰਨੂੰ ਮਰਜ਼ੀ ਮੰਨ ਲਈਏ ਕਰਨ ਪਤਾ ਕਰਨਾ 1 3 ਦੀ ਦੋ ਆ 1 4 ਦੀ ਦੋ ਆ 9 16 25 ਆ ਜਾਏਗਾ ਵਰਗ ਉਧਰ ਜਾ ਕੇ ਬਣੇਗਾ ਵਰਗਮੂਲ 25 ਦਾ ਵਰਗਮੂਲ ਸਾਡੇ ਕੋਲ ਹੁੰਦਾ 5 ਸੋ ਆਹ ਕਰਨ ਜਿਹੜੀ ਸਾਨੂੰ ਮਿਲ ਗਿਆ 5 ਕਿਲੋਮੀਟਰ ਸੋ ਹੁਣ ਉਹ ਸਟਾਰਟਿੰਗ ਪੁਆਇੰਟ ਤੋਂ ਮੂਲ ਬਿੰਦੂ ਤੋਂ ਕਿੰਨੀ ਦੂਰੀ ਤੇ ਹੈ 5 ਕਿਲੋਮੀਟਰ ਸੋ ਇਹਦਾ ਆਪਸ਼ਨ ਆ ਜਾਣਾ ਸੀ ਏ 5 ਕਿਲੋਮੀਟਰ ਸੋ ਇਸ ਤਰ੍ਹਾਂ ਦੇ ਜਿਹੜੇ ਡਾਇਰੈਕਸ਼ਨ ਵਾਲੇ ਸਵਾਲ ਆ ਉਹ ਅਸੀਂ ਨਾਰਥ ਸਾਊਥ ਈਸਟ ਵੈਸਟ ਬਣਾ ਕੇ ਜਿੱਥੇ ਜਿੱਥੇ ਉਹ ਜਾਂਦਾ ਫਿਰ ਉੱਥੇ-ਉੱਥੇ ਆਪਾਂ ਪਲੋਟ ਕਰ ਦੇਣਾ ਤੇ ਫਿਰ ਦੇਖਣਾ ਸੀ ਅਸੀਂ ਕਿਉਂ ਮੂਲ ਬਿੰਦੂ ਤੋਂ ਕਿੰਨੀ ਦੂਰੀ ਤੇ ਹੈ ਤਾਂ ਅਸੀਂ ਪਾਈਥਾਗੋਰਸ ਥੀਰਮ ਨਾਲ ਇਹ ਸਵਾਲ ਨੂੰ ਹੱਲ ਕੀਤਾ ਸੋ ਇਸ ਦੇ ਨਾਲ ਹੀ ਜਿਹੜੇ ਸਾਡੇ ਮੈਂਟਲ ਅਬਿਲਟੀ ਦੇ 15 ਸਵਾਲ ਸੀ ਉਹ ਅਸੀਂ ਹੱਲ ਕਰ ਲਏ